ਵੇਖ ਰਹੇ ਹੋ ਜਸ ਪੰਜਾਬੀ। ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ ਅਤੇ ਰੋਜ਼ਾਨਾ ਇਸ ਮੰਚ ਦੇ ਉੱਤੇ ਆ ਕੇ ਉਹਨਾਂ ਸਾਰੇ ਮਸਲਿਆਂ ਦੀ ਗੱਲ ਕਰਦੇ ਹਾਂ ਜੋ ਕਿ ਇੰਟਰਨੈਸ਼ਨਲ ਪੱਧਰ 'ਤੇ ਸੰਵਾਦ ਦਾ ਵਿਸ਼ਾ ਬਣੇ ਹੋਏ ਹਨ। ਉਹਨਾਂ ਵਿਸ਼ਿਆਂ ਦੇ ਵਿੱਚ ਜਦ ਕਈ ਸਾਰੇ ਗੰਭੀਰ ਵਿਸ਼ੇ ਆ ਜਾਂਦੇ ਹਨ ਤਾਂ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਉਹਨਾਂ ਨੂੰ ਇਸ ਮੰਚ ਦੇ ਉੱਤੇ ਚੱਕੀਏ। ਜਿਵੇਂ ਕਿ ਸਭ ਤੋਂ ਅਹਿਮ ਅਗਰ ਅਸੀਂ ਗੱਲ ਕਹੀਏ ਸਾਡੇ ਲਈ ਔਰ ਸਾਡੀ ਕੌਮ ਦੇ ਲਈ, ਜੋ ਗੁਰੂ ਸਾਹਿਬ ਨੇ ਵੀ ਫਰਮਾਇਆ ਸੀਗਾ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ ਇਹ ਅਸੀਂ ਜਾਣਦੇ ਹਾਂ, ਲੇਕਿਨ ਤਰਾਸਦੀ ਕੌਮ ਦੇ ਵਿੱਚ ਬਹੁਤ ਵੱਡੇ ਪੱਧਰ 'ਤੇ ਇਸ ਟਾਈਮ ਆਈ ਹੋਈ ਹੈ ਜਿੱਥੇ ਕਈ ਵਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਵੀ ਉਂਗਲੀਆਂ ਚੁੱਕਣੀਆਂ ਸ਼ੁਰੂ ਹੋ ਜਾਂਦੀਆਂ ਹਨ। ਔਰ ਉਂਗਲ ਉਹ ਕੌਣ ਚੁੱਕਦਾ ਔਰ ਕੌਣ ਡਾਊਟ ਕ੍ਰੀਏਟ ਕਰਦਾ, ਇਹ ਇੱਕ ਵੱਡਾ ਸਵਾਲ ਬਣਦਾ। ਉਸ ਤੋਂ ਇਲਾਵਾ ਤਰਾਸਦੀ ਕੌਮ ਦੇ ਵਿੱਚ ਇਹ ਵੀ ਆਉਂਦੀ ਹੈ ਕਿ ਇਹਨੂੰ ਮੰਨੀਏ ਜਾਂ ਨਾ ਮੰਨੀਏ, ਇਸ ਗੱਲ ਦੇ ਉੱਤੇ ਅਮਲ ਕਰੀਏ ਜਾਂ ਨਾ ਕਰੀਏ। ਕਈ ਵਾਰ ਅਸੀਂ ਇਸ ਗੱਲ ਨੂੰ ਵੀ ਕਹਿੰਦੇ ਕਿ ਜੋ ਗੱਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖੀ ਹੋਈ ਹੈ ਉਸੀ ਗੱਲ ਦੇ ਉੱਤੇ ਅਸੀਂ ਅਮਲ ਕਰਾਂਗੇ, ਔਰ ਹੋਣਾ ਵੀ ਇਸੇ ਤਰੀਕੇ ਨਾਲ ਚਾਹੀਦਾ ਕਿਉਂਕਿ ਉਹ ਸਾਡਾ ਗੁਰੂ ਹੈ। SGPC, DSGMC ਅਤੇ ਹੋਰ ਵੀ ਕਈ ਸਾਰੀਆਂ ਰਿਲੀਜੀਅਸ ਬੋਡੀਜ਼ ਜਿਨ੍ਹਾਂ ਦੇ ਉੱਤੇ ਲੰਬੇ ਸਮੇਂ ਤੋਂ ਅਸੀਂ ਵੀ ਵਿਸ਼ਵਾਸ ਕਰਦੇ ਹੋਏ ਆ ਰਹੇ ਹਾਂ ਔਰ ਤੁਸੀਂ ਵੀ ਵਿਸ਼ਵਾਸ ਕਰ ਰਹੇ ਹੋ, ਔਰ ਜੋ ਵੀ ਹੁਕਮਨਾਮਾ ਅਕਾਲ ਤਖਤ ਸਾਹਿਬ ਤੋਂ ਚੱਲਦਾ, ਜੋ ਵੀ ਹੁਕਮਨਾਮਾ ਉੱਥੋਂ ਦੀ ਜਨਤਕ ਹੁੰਦਾ, ਜੋ ਵੀ ਫਰਮਾਨ ਜਾਰੀ ਕੀਤਾ ਜਾਂਦਾ ਉਸ ਦੇ ਉੱਤੇ ਵੀ ਅਮਲ ਕਰਨ ਦੀ ਕਵਾਇਦ ਕੀਤੀ ਜਾਂਦੀ ਹੈ। ਲੇਕਿਨ ਅੱਜ ਇਸ ਗੱਲ ਨੂੰ ਜ਼ਰੂਰ ਇਸ ਮੰਚ ਦੇ ਉੱਤੇ ਰੱਖਾਂਗੇ ਕਿ ਦੁਚਿੱਤੀ ਪੈਦਾ ਕਿੱਥੇ ਹੋਈ ਹੋਈ ਹੈ, ਡਿਵੀਜ਼ਨ ਕਿਉਂ ਹੋ ਰਿਹਾ, ਕਿਹੜੇ ਥੋਟ ਪ੍ਰੋਸੈਸ ਕਲੀਅਰ ਨਹੀਂ ਹਨ, ਔਰ ਜਿਨ੍ਹਾਂ ਦੇ ਉੱਤੇ ਵਿਸ਼ਵਾਸ ਹੈ ਕਿ ਉਹ ਸਾਨੂੰ ਉਹ ਥੋਟ ਪ੍ਰੋਸੈਸ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ ਹੋਇਆ ਉਹਨੂੰ ਦੱਸਣ ਦੇ ਵਿੱਚ ਕਾਮਯਾਬ ਹੋ ਰਹੇ ਹਨ ਕਿ ਉਹ ਹੀ ਦੁਚਿੱਤੀ ਪੈਦਾ ਕਰ ਰਹੇ ਹਨ। ਕਾਫੀ ਲੰਬੇ ਸਮੇਂ ਤੋਂ ਰਣਜੀਤ ਸਿੰਘ ਢੱਡਰੀਵਾਲੇ ਦਾ ਜਿਹੜਾ ਮੁੱਦਾ ਹੈ ਉਹਨੇ ਆਪਣੀ ਜਗ੍ਹਾ ਬਣਾਈ ਹੋਈ ਹੈ, ਔਰ ਕਈ ਵਾਰ ਉਹਨਾਂ ਦਾ ਜਿਹੜਾ ਵਿਰੋਧ ਹੈ ਉਹ ਵੀ ਅਸੀਂ ਭਾਵੇਂ ਅਮੈਰੀਕਾ ਦੀ ਧਰਤੀ ਦੇ ਉੱਤੇ ਅਤੇ ਭਾਵੇਂ ਅਸੀਂ ਭਾਰਤ ਦੇ ਵੱਖ ਵੱਖ ਥਾਵਾਂ ਦੇ ਉੱਤੇ, ਖਾਸ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਜਿੱਥੇ ਉਹ ਦੀਵਾਨ ਸਜਾਉਂਦੇ ਹਨ ਤਾਂ ਉਹਨਾਂ ਦਾ ਵਿਰੋਧ ਕੀਤਾ ਜਾਂਦਾ। ਰਿਪੋਰਟ ਆਈ ਸੀ ਕਿ ਉਹਨਾਂ ਦੇ ਉੱਤੇ ਅਟੈਕ ਵੀ ਹੋ ਚੁੱਕਿਆ ਜਿਹਦੇ ਵਿੱਚ ਉਹਨਾਂ ਦੇ ਸਾਥੀ ਦੀ ਜਾਨ ਵੀ ਜਾ ਚੁੱਕੀ ਹੈ। ਅਤੇ ਰਣਜੀਤ ਸਿੰਘ ਢੱਡਰੀਵਾਲੇ ਦਾ ਆਖਿਰਕਾਰ ਮੁੱਦਾ ਹੈ ਕੀ ਉਹ ਵਾਕਿਆ ਹੀ ਅਜਿਹੀ ਸ਼ਬਦਾਵਲੀ ਜਾਂ ਫਿਰ ਅਜਿਹਾ ਇਤਿਹਾਸ ਦੱਸਦੇ ਹਨ ਜਿਹਦੇ ਵਿੱਚ ਦੁਚਿੱਤੀ ਪੈਦਾ ਹੁੰਦੀ ਹੈ, ਜਾਂ ਫਿਰ ਅਗਰ ਉਹ ਜੋ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਉਹਨਾਂ ਦੇ ਵਿੱਚ ਵਾਕਈ ਕੋਈ ਸੱਚ ਗੱਲ ਹੈ। ਉਹ ਤਾਂ ਕਹਿੰਦੇ ਹਨ ਕਿ ਮੇਰੇ ਤਾਂ ਫੋਲੋਵਰਸ ਬਹੁਤ ਨੇ, ਜਿਹੜੇ ਵਿਰੋਧ ਕਰ ਰਹੇ ਨੇ ਉਹ 10 ਨੇ ਔਰ ਜਿਹੜੇ ਮੈਨੂੰ ਸੁਣ ਰਹੇ ਨੇ ਉਹ 10,000 ਨੇ। ਕਹਿੰਦੇ ਮੈਂ ਹੱਕ ਦੀ ਗੱਲ ਔਰ ਸੱਚ ਦੀ ਗੱਲ ਕਰਦਾ ਰਹਾਂਗਾ, ਮੈਂ ਇਤਿਹਾਸ ਦੇ ਨਾਲ ਕੋਈ ਛੇੜਛਾੜ ਨਹੀਂ ਕੀਤਾ, ਨਾ ਹੀ ਮੈਂ ਕੋਈ ਇਤਿਹਾਸ ਦੇ ਬਾਰੇ ਕੋਈ ਅਜਿਹੀ ਸ਼ਬਦਾਵਲੀ ਜਾਂ ਫਿਰ ਪ੍ਰਚਾਰ ਕਰਦਾ ਜਿਸ ਕਰਕੇ ਕਿਸੇ ਨੂੰ ਵੀ ਦਰਦ ਪਹੁੰਚੇ। ਲੇਕਿਨ ਉੱਥੇ ਦੂਜੇ ਪਾਸੇ ਟਕਸਾਲੀ ਆਗੂ, ਦਮਦਮੀ ਟਕਸਾਲ ਦੇ ਕਈ ਸਾਰੇ ਆਗੂ ਬਕਾਇਦਾ ਸੰਗਰੂਰ ਦੇ ਵਿੱਚ ਉਹਨਾਂ ਦਾ 3 ਦਿਨਾਂ ਦਾ ਦੀਵਾਨ ਹੈ, 2 ਤਰੀਕ, 3 ਤਰੀਕ, 4 ਤਰੀਕ, ਅਤੇ ਉਹਨਾਂ ਦੀਵਾਨਾਂ ਦੇ ਵਿੱਚ ਬਕਾਇਦਾ ਦਮਦਮੀ ਟਕਸਾਲ ਦੇ ਜਥੇਬੰਦੀਆਂ ਉੱਥੇ ਪਹੁੰਚਦੀਆਂ ਹਨ ਔਰ ਇਸ ਦੀਵਾਨ ਦਾ ਪੰਜਾਬ ਦੇ ਵਿੱਚ ਵਿਰੋਧ ਕੀਤਾ ਜਾਂਦਾ ਔਰ ਕਿਹਾ ਜਾਂਦਾ ਕਿ ਰਣਜੀਤ ਸਿੰਘ ਢੱਡਰੀਵਾਲੇ ਉਹਨਾਂ ਨੂੰ ਔਰੰਗਜ਼ੇਬ ਦੇ ਨਾਲ ਵੀ ਜੋੜ ਕੇ ਵੇਖਿਆ ਜਾਂਦਾ। ਇਹ ਤੱਕ ਵੀ ਕਿਹਾ ਜਾਂਦਾ ਕਿ ਸਿੱਖ ਪੰਥ ਤੋਂ ਅਸੀਂ ਰਣਜੀਤ ਸਿੰਘ ਢੱਡਰੀਵਾਲੇ ਨੂੰ ਛਕਵਾ ਦੇਵਾਂਗੇ। ਬਕਾਇਦਾ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ
ਗਿਆਨੀ ਰਣਜੀਤ ਸਿੰਘ ਢੱਡਰੀ ਵਾਲਿਆਂ ਨੂੰ ਬੁਲਾਉਂਦੇ ਹਨ ਕਿ ਆਓ ਮੁਲਾਕਾਤ ਕਰੋ, ਸੰਵਾਦ ਕਰੋ ਸਾਡੇ ਨਾਲ। ਗਿਆਨੀ ਰਣਜੀਤ ਸਿੰਘ ਢੱਡਰੀ ਵਾਲੇ ਅਕਾਲ ਤਖਤ ਸਾਹਿਬ ਦੇ ਵਿੱਚ ਨਹੀਂ ਜਾਂਦੇ, ਹਾਲੇ ਹਾਲ ਫਿਲਹਾਲ ਦੇ ਵਿੱਚ ਉਹ ਨਹੀਂ ਪਹੁੰਚੇ ਔਰ ਨਾ ਹੀ ਗਏ ਹਨ। ਆਖਿਰਕਾਰ ਮਸਲਾ ਹੈ ਕੀ ਰਣਜੀਤ ਸਿੰਘ ਢੱਡਰੀ ਵਾਲੇ ਦਾ? ਕਿਉਂ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ? ਕਿਸ ਗੱਲ ਦੀ ਠੇਸ ਉਹ ਕੌਮ ਨੂੰ ਪਹੁੰਚਾ ਰਹੇ ਹਨ? ਇਸ ਦੇ ਉੱਤੇ ਅੱਜ ਅਸੀਂ ਚਾੜਨਾ ਪਾਵਾਂਗੇ। ਪਹਿਲਾਂ ਇੱਕ ਰਿਪੋਰਟ ਮੈਂ ਤੁਹਾਡੇ ਨਾਲ ਸਾਂਝੀ ਕਰ ਲੈਂਦਾ, ਉਸ ਤੋਂ ਬਾਅਦ ਰਣਜੀਤ ਸਿੰਘ ਢੱਡਰੀ ਵਾਲੇ ਅਤੇ ਟਕਸਾਲੀ ਆਗੂਆਂ ਦੇ ਵਿੱਚ ਜੋ ਵਿਰੋਧ ਹੋਇਆ ਉਹ ਵੀ ਮੈਂ ਇਸ ਮੰਚ ਦੇ ਉੱਤੇ ਰੱਖਾਂਗਾ। ਪਹਿਲਾਂ ਇਸ ਰਿਪੋਰਟ ਨੂੰ ਅਸੀਂ ਵੇਖ ਲੈਂਦੇ ਹਾਂ। ਪੁਲਿਸ ਦੇ ਨਾਲ ਉਲਝੇ ਇਸ ਨਿਹੰਗ ਸਿੰਘ ਦੀਆਂ ਇਹ ਤਸਵੀਰਾਂ ਸੰਗਰੂਰ ਦੇ ਪਿੰਡ ਗਿੱਦੜਾਣੀ ਦੀਆਂ ਨੇ, ਜਿੱਥੇ ਇਹ ਨਿਹੰਗ ਸਿੰਘ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਦੀਵਾਨ ਰੁਕਵਾਉਣ ਲਈ ਆਏ ਸੀ, ਪਰ ਵੱਡੀ ਗਿਣਤੀ ਪੁਲਿਸ ਮੁਲਾਜ਼ਮਾਂ ਨੇ ਉਹਨਾਂ ਨੂੰ ਰਾਹ ਵਿੱਚ ਹੀ ਰੋਕ ਦਿੱਤਾ। ਹਾਲਾਤ ਤਣਾਅਪੂਰਨ ਬਣ ਗਏ ਸਨ। ਦਰਅਸਲ ਅੱਜ ਤੋਂ ਢੱਡਰੀਆਂ ਵਾਲਿਆਂ ਦੇ ਸੰਗਰੂਰ ਦੇ ਪਿੰਡ ਗਿੱਦੜਾਣੀ ਦੇ ਵਿੱਚ 3 ਦਿਨਾਂ ਦੇ ਦੀਵਾਨ ਦੀ ਸ਼ੁਰੂਆਤ ਹੋਈ ਹੈ। ਕੁਝ ਜਥੇਬੰਦੀਆਂ ਦਾ ਇਲਜ਼ਾਮ ਹੈ ਕਿ ਢੱਡਰੀਆਂ ਵਾਲੇ ਕੂੜ ਪ੍ਰਚਾਰ ਕਰ ਰਹੇ ਨੇ, ਸਿੱਖੀ ਦਾ ਗਲਤ ਇਤਿਹਾਸ ਲੋਕਾਂ ਤੱਕ ਪਹੁੰਚਾ ਰਹੇ ਨੇ, ਇਸ ਲਈ ਉਹ ਉਹਨਾਂ ਦੇ ਦੀਵਾਨਾਂ ਦਾ ਵਿਰੋਧ ਕਰ ਰਹੇ ਨੇ। ਖਾਸ ਤੌਰ ਤੇ ਅਮਰੀਕ ਸਿੰਘ ਅਜਨਾਲਾ ਦਾ ਧੜਾ ਦੀਵਾਨ ਰੱਦ ਕਰਵਾਉਣ ਦੀ ਮੰਗ ਕਰ ਰਿਹਾ ਸੀ। ਇਹ ਢੱਡਰੀਆਂ ਵਾਲਿਆ ਬੰਦਾ ਬਣ ਜਾ, ਉਧਰ ਜਾ ਚੰਗਾ ਰਹੇਗਾ। ਇਹ ਕਹਿੰਦੇ ਜਿੱਦੜ ਭੰਕੀਆਂ ਤੋਂ ਅਸੀਂ ਨੀ ਕਦੀ ਡਰੇ, ਜਿਹੜਾ ਤੂੰ ਪੁਲਿਸ ਦੇ ਸਿਰ ਤੇ ਪਿੜਦਾ ਨਾ, ਅੱਗੇ ਕਿਹੜਾ ਅਸੀਂ ਕਦੀ ਪੁਲਿਸ ਵੇਖੀ ਨੀ ਜਾਂ ਪੁਲਿਸ ਨੀ ਸਾਨੂੰ ਜਾਣਦੀ, ਜਾਂ ਅਸੀਂ ਨੀ ਕਦੀ ਸਾਡਾ ਸਾਰਾ ਕੁਝ ਤੇਰੇ ਵਰਗੇ ਟੌਂਡਾ ਨੇ ਕਰਵਾਇਆ ਵਾ। ਅਸੀਂ ਸਾਰੇ ਜੁਝਾਰੂ ਸਿੰਘ ਜੋ ਇਹ ਜੂਝ ਕੇ ਬਣੇ ਹੀ ਹੋ, ਘੜੀਏ ਸ਼ਬਦ ਉਹ ਸੱਚੀ ਟਕਸਾਲ, ਇਹ ਉਹ ਟਕਸਾਲ ਆ ਜਿਹੜੀ ਬਾਬਾ ਦੀਪ ਸਿੰਘ ਦੀ ਆ। ਬਾਬਾ ਦੀਪ ਸਿੰਘ ਦਾ ਖੰਡਾ ਵੇਖ ਲਾ, 18 ਸੇਰ ਦਾ ਹੀ ਬੁੱਢਾ ਜਰਨੈਲ ਨੇ ਫੇਰਿਆ, ਇਹ ਫੌਜ ਬਾਬਾ ਦੀਪ ਸਿੰਘ ਦੀ ਆ। ਧਮਕੀ ਤੇ ਵਿਰੋਧ ਦੇ ਬਾਵਜੂਦ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਆਪਣਾ ਦੀਵਾਨ ਸਜਾਇਆ। ਦੀਵਾਨ ਦੇ ਦੌਰਾਨ ਉਹਨਾਂ ਨੇ ਅਗਲੇ 2 ਦਿਨ ਇਸ ਨੂੰ ਜਾਰੀ ਨਾ ਰੱਖਣ ਦੀ ਗੱਲ ਵੀ ਆਖੀ ਸੀ, ਪਰ ਲੋਕਾਂ ਨੇ ਖੜੇ ਹੋ ਕੇ ਅਜਿਹਾ ਨਾ ਕਰਨ ਦੀ ਅਪੀਲ ਕੀਤੀ ਤਾਂ ਉਹ ਮੰਨ ਵੀ ਗਏ। ਧੰਨਵਾਦ ਹੈ, ਤੁਸੀਂ 1 ਦਿਨ ਦਾ ਉਦਮ ਕੀਤਾ ਹੈ, ਰਲ ਮਿਲ ਕੇ ਆਪਾਂ ਸਾਰਿਆਂ ਨੇ ਹਾਜ਼ਰੀ ਭਰੀ ਹੈ ਤੇ ਆਪਾਂ ਦੁਬਾਰਾ ਪ੍ਰੋਗਰਾਮ ਰੱਖ ਲਾਂਗੇ। ਨਾਲੇ ਚਲੋ ਠੀਕ ਹੈ, ਠੀਕ ਹੈ, ਓਕੇ, ਚਲੋ ਠੀਕ ਹੈ ਬਈ, ਚਲੋ ਚਲੋ ਰਹਿਣ ਦੇ, ਜੇ ਤੁਹਾਡੀ ਮਰਜ਼ੀ ਹੈ ਤੇ ਬੈਠੋ, ਠੀਕ ਹੈ, ਆਪਾਂ ਕੱਲ ਨੂੰ, ਚਲੋ ਠੀਕ ਹੈ, ਚਲੋ ਠੀਕ ਹੈ ਫਿਰ, ਜੇ ਤੁਸੀਂ ਤਿਆਰ ਹੈ ਤੇ ਆਪਾਂ ਤੇ ਤਿਆਰ ਹੀ ਹਾਂ। ਇਸ ਤੋਂ ਪਹਿਲਾਂ ਉਹਨਾਂ ਵਿਰੋਧੀਆਂ ਦੀ ਧਮਕੀ ਨੂੰ ਗੁੰਡਾਗਰਦੀ ਦੱਸਦਿਆਂ ਕਿਸੇ ਵੀ ਗੜਬੜ ਦੇ ਲਈ ਪ੍ਰਸ਼ਾਸਨ ਦੇ ਜ਼ਿੰਮੇਵਾਰ ਹੋਣ ਦੀ ਗੱਲ ਆਖੀ ਸੀ। ਹੁਣ ਹੱਦ ਇਸ ਗੱਲ ਦੀ ਹੈ ਕਿ ਅੱਜ ਮਾਝਾ ਛੱਡ ਕੇ ਬੰਦੇ ਮਾਲਵੇ ਵਿੱਚ ਤੁਰੇ ਫਿਰਦੇ ਆ, ਉਹ ਅਜਨਾਲਾ ਜਿਹੜਾ ਬਾਬੇ ਜਰਨੈਲ ਸਿੰਘ ਨੂੰ ਅਜੇ ਤੱਕ ਸ਼ਹੀਦ ਨਹੀਂ ਮੰਨਦਾ ਤੇ ਕਹੀ ਜਾਂਦਾ ਹੈ ਕਿ ਕੂੜ ਪ੍ਰਚਾਰ ਢੱਡਰੀਆਂ ਵਾਲਾ ਕਰਦਾ। ਯਾਰ 20 ਸਾਲ ਕੂੜ ਪ੍ਰਚਾਰ ਤੁਸੀਂ ਕਰੋ, ਝੂਠ ਦੁਨੀਆ ਭਰ ਦੇ ਤੁਸੀਂ ਬੋਲੇ ਹੈ ਤੇ ਅੱਜ ਗੱਪ ਕਹਾਣੀਆਂ ਸੁਣਾ ਸੁਣਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਤੇ ਕੂੜ ਪ੍ਰਚਾਰ ਢੱਡਰੀਆਂ ਵਾਲਾ ਕਰਦਾ। 10 ਬੰਦਿਆਂ ਕਰਕੇ 10,000 ਬੰਦਾ ਸੁਣਨਾ ਚਾਹੁੰਦਾ। ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਦੀਵਾਨ ਇਸ ਤੋਂ ਪਹਿਲਾਂ ਕਈ ਵਾਰ ਰੱਦ ਕੀਤੇ ਜਾ ਚੁੱਕੇ ਨੇ, ਪਰ ਇਸ ਵਾਰ ਉਹਨਾਂ ਨੇ ਵਿਰੋਧ ਨੂੰ ਗੁੰਡਾਗਰਦੀ ਕਰਾਰ ਦਿੰਦਿਆਂ ਹੋਇਆਂ ਨਿਰਧਾਰਤ ਥਾਂ ਦੇ ਉੱਤੇ ਦੀਵਾਨ ਸ਼ੁਰੂ ਕਰ ਦਿੱਤੇ ਨੇ। ਉਹਨਾਂ ਪੂਰੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਤੇ ਸੁੱਟੀ ਹੈ, ਇਸੇ ਲਈ ਪੁਲਿਸ ਨੇ ਵੀ ਦੀਵਾਨ ਵਾਲੀ ਥਾਂ ਨੂੰ ਛਾਉਣੀ ਦੇ ਵਿੱਚ ਤਬਦੀਲ ਕੀਤਾ ਹੋਇਆ ਹੈ। ਸੰਗਰੂਰ ਤੋਂ ਕੀਰਤੀਪਾਲ ਦੀ ਰਿਪੋਰਟ, ਜਸ ਪੰਜਾਬੀ। ਤੇ ਸਿਕਿਉਰਿਟੀ ਦੇ ਖਾਸ ਪ੍ਰਬੰਧ ਤੁਸੀਂ ਵੇਖੇ ਹਾਲ ਫਿਲਹਾਲ ਦੇ ਵਿੱਚ ਢੱਡਰੀਆਂ ਵਾਲਿਆਂ ਨੂੰ ਮਿਲੇ ਹੋਏ ਹਨ, ਕੀ ਕੁਝ ਉਹਨਾਂ ਨੇ ਪ੍ਰਤੀਕਰਮ ਦਿੱਤੇ ਜਦ ਉਹਨਾਂ ਤੋਂ ਇਹ ਸਵਾਲ ਪੁੱਛੇ ਗਏ ਕਿ ਕਿਹੜਾ ਤੁਸੀਂ ਕੂੜ ਪ੍ਰਚਾਰ ਕਰ ਰਹੇ ਹੋ ਔਰ ਸਿੱਖ ਇਤਿਹਾਸ ਜਿਹੜਾ ਤੁਸੀਂ ਦੱਸ ਰਹੇ ਹੋ ਉਹਦੇ ਵਿੱਚ ਕੀ ਗਲਤ ਹੈਗਾ? ਜਦ ਇਹ ਸਵਾਲ ਸਾਡੀ ਟੀਮ ਵੱਲੋਂ ਉਹਨਾਂ ਨੂੰ ਕੀਤੇ ਗਏ ਤਾਂ ਉਹਨਾਂ ਨੇ ਕੀ ਕੁਝ ਜਵਾਬ ਭੇਜੇ ਔਰ ਜਿਹੜੇ ਟਕਸਾਲੀ ਆਗੂ ਉੱਥੇ ਪਹੁੰਚੇ ਸੀਗੇ ਉਹਨਾਂ ਨੇ ਕੀ ਕੁਝ ਕਿਹਾ? ਇੱਕ ਵਾਰੀ ਆਪਾਂ ਦੋਵਾਂ ਨੂੰ ਸੁਣ ਲੈਂਦੇ ਹਾਂ। ਸਾਹਿਬ ਪੇਸ਼ ਹੋਵੇ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨਹੀਂ ਗਾ, ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਨਹੀਂ ਮੰਨਦਾ, ਉਹ ਗੁਰੂ ਕਾ ਸਿੱਖ ਨਹੀਂ ਗਾ। ਇੱਕ ਪਾਸੇ ਕਹਿੰਦਾ ਮੈਂ ਖੰਡੇ ਬਾਟੇ ਨਾਲ ਅੰਮ੍ਰਿਤ ਛਕਾਉਣਾ ਵਾ, ਆਪ ਇਹਨੇ ਕਿੱਥੋਂ ਅੰਮ੍ਰਿਤ ਛਕਿਆ ਵਾ? ਇਹ ਉਹਨਾਂ ਪੰਜਾਂ ਪਿਆਰਿਆਂ ਦੇ ਨਾਂ ਦੱਸੇ ਜਿਹਨਾਂ ਕੋਲ ਅੰਮ੍ਰਿਤ ਛਕਿਆ। ਜੇ ਇਹਨਾਂ ਆਪਣੀਆਂ ਕੁੱਝੀਆਂ ਹਰਕਤਾਂ ਤੋਂ ਬਾਜ ਨਾ ਆਇਆ ਤੇ ਇਹਨੂੰ ਚਾੜਾ ਛਕਾਵਾਂਗੇ ਨਿਹੰਗ ਸਿੰਘ, ਜਿਸ ਤਰ੍ਹਾਂ ਮਿਰਚਾਂ ਵਾਲੀ ਬੋਰੀ ਚ ਪਾ ਕੇ ਸਨੋਤਰ ਫੇਰਦੇ ਆ ਨਾ। ਇਹ ਢੱਡਰੀਆਂ ਵਾਲਿਆ ਬੰਦਾ ਬਣ ਜਾ, ਸੁਧਰ ਜਾ ਚੰਗਾ ਰਹੇਗਾ। ਇਹ ਕਹਿੰਦੇ ਜਿੱਦੜ ਭੰਕੀਆਂ ਤੋਂ ਅਸੀਂ ਨੀ ਕਦੀ ਡਰੇ, ਜਿਹੜਾ ਤੂੰ ਪੁਲਿਸ ਦੇ ਸਿਰ ਤੇ ਪਿੜਦਾ ਨਾ, ਅੱਗੇ ਕਿਹੜਾ ਅਸੀਂ ਕਦੀ ਪੁਲਿਸ ਵੇਖੀ ਨੀ ਜਾਂ ਪੁਲਿਸ ਨੀ ਸਾਨੂੰ ਜਾਣਦੀ,
ਅਸੀਂ ਨੀ ਕਰੀ ਸਾਡਾ ਸਾਰਾ ਕੁਝ ਤੇਰੇ ਵਰਗੇ ਟੌਣਾ ਨੇ ਕਰਵਾਇਆ ਵਾ ਆਪਣੀਆਂ ਹਰਕਤਾਂ ਨੂੰ ਬਾਜ ਆ ਜਾ ਅਕਾਲ ਤਖ਼ਤ ਸਾਹਿਬ ਪੇਸ਼ ਹੋ ਤੇ ਗੁਰੂ ਕੇ ਪੰਥ ਨੂੰ ਮਾਫ਼ੀ ਮੰਗ ਸਾਧ ਸੰਗਤ ਜੀ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਜਿੱਥੇ ਇਹਦਾ ਕੰਜਰਖਾਨਾ ਲੱਗਦਾ ਹੈ ਦੀਵਾਨ ਨੀ ਗਾ ਇਹਦਾ ਜਿੱਥੇ ਕੰਜਰਖਾਨਾ ਲਾਉਂਦਾ ਇਹ ਸਾਰੀ ਸਿੱਖ ਪੰਥ ਸਾਰਾ ਜਗਤ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਸਾਰੀਆਂ ਨੂੰ ਬੰਦ ਕਰਾਓ ਸਾਰੇ ਸਿੱਖ ਸਿੱਖ ਦਾ ਫਰਜ਼ ਬਣਦਾ ਘਰ ਪ੍ਰਤੀ ਕਿ ਇਹਦਾ ਖਿਲਾਫ਼ ਕਰੋ ਇਹਦੇ ਜੋ ਵੀ ਵੀਡੀਓ ਇਹਦੇ ਖਿਲਾਫ਼ ਪਾਈਆਂ ਜਾਂਦੀਆਂ ਪਾਓ ਤੇ ਇਹ ਗੁਰੂ ਦਾ ਸਿੱਖ ਨੀ ਗਾ ਇਹ ਔਰੰਗਜ਼ੇਬ ਦੀ ਔਲਾਦ ਦੇ ਵਿੱਚੋਂ ਆ ਵੱਡੀ ਗੁੰਡਾਗਰਦੀ ਕੀ ਹੋ ਸਕਦੀ ਹੈ ਤਰਨ ਤਾਰਨ ਸਾਹਿਬ ਪ੍ਰੋਗਰਾਮ ਰੱਖਿਆ ਗਿਆ ਪ੍ਰਸ਼ਾਸਨ ਨੇ ਮੈਨੂੰ ਕਿਹਾ ਭਾਈ ਸਾਹਿਬ ਇਹ ਗੁੰਡੇ ਬੰਦੇ ਆ ਇੱਕ ਮੱਝ ਲਿਬੜੀ ਆ ਆਪਾਂ ਸਿਆਣੇ ਬਣੀਏ ਮੈਂ ਉੱਥੇ ਨਹੀਂ ਗਿਆ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਅੰਮ੍ਰਿਤਸਰ ਪ੍ਰੋਗਰਾਮ ਰੱਖਿਆ ਗਿਆ ਛੱਡੋ ਭਾਈ ਸਾਹਿਬ ਤੁਸੀਂ ਉਹੀ ਰਹਿਣ ਦਿਓ ਜੀ ਇਹ ਤਾਂ ਗੁੰਡੇ ਬੰਦੇ ਆ ਆਪਾਂ ਹਟ ਗਏ ਹੁਣ ਗੁਰਦਾਸਪੁਰ ਪ੍ਰੋਗਰਾਮ ਰੱਖਿਆ ਗਿਆ ਇਹ ਛੱਡੋ ਜੀ ਪਰ ਆਏ ਤਾਂ ਗੁੰਡੇ ਬੰਦੇ ਆ ਆਪਾਂ ਸਿਆਣੇ ਬਣੋ ਆਪਾਂ ਨਹੀਂ ਗਏ ਹੁਣ ਹੱਦ ਇਸ ਗੱਲ ਦੀ ਹੈ ਕਿ ਅੱਜ ਮਾਝਾ ਛੱਡ ਕੇ ਇਹ ਬੰਦੇ ਮਾਲਵੇ ਵਿੱਚ ਤੁਰੇ ਫਿਰਦੇ ਆ ਉਹ ਅਜਨਾਲਾ ਜਿਹੜਾ ਬਾਬੇ ਜਰਨੈਲ ਸਿੰਘ ਨੂੰ ਅਜੇ ਤੱਕ ਸ਼ਹੀਦ ਨਹੀਂ ਮੰਨਦਾ ਤੇ ਕਹੀ ਜਾਂਦਾ ਹੈ ਕਿ ਕੂੜ ਪ੍ਰਚਾਰ ਢੱਡਰੀਆਂ ਵਾਲਾ ਕਰਦਾ ਯਾਰ 20 ਸਾਲ ਕੂੜ ਪ੍ਰਚਾਰ ਤੁਸੀਂ ਕਰੋ ਝੂਠ ਦੁਨੀਆਂ ਭਰ ਦੇ ਤੁਸੀਂ ਬੋਲੇ ਹੈ ਤੇ ਅੱਜ ਗੱਪ ਕਹਾਣੀਆਂ ਸੁਣਾ ਸੁਣਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਤੇ ਕੂੜ ਪ੍ਰਚਾਰ ਢੱਡਰੀਆਂ ਵਾਲਾ ਕਰਦਾ 10 ਬੰਦਿਆਂ ਕਰਕੇ 10,000 ਬੰਦਾ ਸੁਣਨਾ ਚਾਹੁੰਦਾ 20 ਬੰਦੇ ਹੋਵੋਗੇ ਉੱਧਰ 20,000 ਬੰਦਾ ਸੁਣਨਾ ਚਾਹੁੰਦਾ ਪਰ ਅੱਜ ਤੱਕ ਲੋਕਾਂ ਦੇ ਉੱਤੇ ਦਬਦਬਾ ਰਿਹਾ ਇੱਦਾਂ ਦੀਆਂ ਧਮਕੀਆਂ ਦਿੰਦੇ ਆ ਕੱਲ੍ਹ ਵੀ ਇੱਕ ਵੀਡੀਓ ਵੇਖੀ ਹੈ ਜਿਹਦੇ 'ਚ ਕੁਝ ਨਿਹੰਗ ਸਿੰਘ ਇਕੱਠੇ ਹੋ ਕੇ ਕਹਿ ਰਹੇ ਆ ਇੱਕ ਵੀਡੀਓ ਘੁੰਮਦੀ ਹੈ ਕਿ ਢੱਡਰੀਆਂ ਵਾਲਿਆ ਅਸੀਂ ਬੋਰੀ ਦੇ ਵਿੱਚ ਪਾ ਕੇ ਮਰਚਾਂ ਵਾਲੀ ਬੋਰੀ ਵਿੱਚ ਪਾ ਕੇ ਸੋਧਾ ਲਾਉਂਦੇ ਹੁੰਦੇ ਹਾਂ ਐਡਾ ਖੁੱਲ੍ਹ ਕੇ ਧਮਕੀਆਂ ਦੇ ਰਹੀਆਂ ਕਿੱਥੇ ਗਿਆ ਪ੍ਰਸ਼ਾਸਨ ਅਤੇ ਆਹ ਤਾਂ ਸ਼ਰੇਆਮ ਧੱਕਾ ਹੈ ਹੁਣ ਕੱਲ੍ਹ ਨੂੰ ਕੋਈ 19-21 ਹੋ ਗਈ ਉੱਥੇ ਕੋਈ ਝਗੜਾ ਹੋ ਗਿਆ ਫਿਰ ਇਹਨਾਂ ਨੇ ਅਗਰਾਹੀਆਂ ਕਰਨ ਲੱਗ ਜਾਣਾ ਜੀ ਸਿੰਘਾਂ ਦੀ ਹੁਣ ਮਦਦ ਕਰੋ ਜੀ ਸਿੰਘਾਂ ਨੇ ਮੋਰਚਾ ਲਾ ਲਿਆ ਜੀ ਜਦੋਂ ਕਿਤੇ ਉਹ ਦੀਵਾਨ ਰੱਦ ਹੋ ਜਾਂਦੇ ਨੇ ਫਿਰ ਕਹਿੰਦੇ ਲਓ ਜੀ ਸਿੰਘਾਂ ਨੇ ਮੋਰਚਾ ਫਤਿਹ ਕਰ ਲਿਆ ਮੈਂ ਪੁੱਛਣਾ ਚਾਹੁੰਦਾ ਅਜਨਾਲੇ ਨੂੰ ਵੀ ਤੁਹਾਡੇ ਕੋਲ ਢੱਡਰੀਆਂ ਵਾਲਾ ਹੀ ਮੋਰਚਾ ਹੈ ਬਹੁਤ ਕੰਮ ਕਰਨ ਵਾਲੇ ਨੇ ਤੇਰੇ ਸਾਹਮਣੇ ਬਿਆਸ ਦੇ ਕੋਲੋਂ ਲੰਘ ਕੇ ਆਏਗਾ ਕਿੰਨੇ ਡੇਰੇ ਸਰਸੇ ਵਾਲੇ ਦੇ ਲੰਘਦੇ ਹੈ ਕਿੰਨਾ ਕੁਝ ਲੰਘ ਕੇ ਆਏ ਹੋ ਤੁਸੀਂ ਤੇ ਤੁਹਾਨੂੰ ਢੱਡਰੀਆਂ ਵਾਲਾ ਹੀ ਨਜ਼ਰ ਆਉਂਦਾ ਇੱਥੇ ਤਾਂ ਤੁਸੀਂ ਵੇਖੀ ਹੈ ਰਿਪੋਰਟ ਜਿਹਦੇ ਵਿੱਚ ਢੱਡਰੀਆਂ ਵਾਲੇ ਖੁਦ ਆਪ ਬਿਆਨ ਦਿੰਦੇ ਹੋਏ ਨਜ਼ਰ ਆਏ ਪ੍ਰਤੀਕਰਮ ਦਿੱਤੇ ਉਹਨਾਂ ਨੇ ਸਫਾਈ ਦਿੱਤੀ ਕਿ ਮੈਂ ਅਜਿਹਾ ਕੋਈ ਵੀ ਪ੍ਰਚਾਰ ਨਹੀਂ ਕਰਦਾ ਅਤੇ ਕੋਸ਼ਿਸ਼ ਕਰਾਂਗੇ ਜਿਹੜੇ ਢੱਡਰੀ ਵਾਲੇ ਨੂੰ ਫੋਲੋ ਕਰਦੇ ਹਨ ਅਮੈਰੀਕਾ ਦੇ ਵਿੱਚ ਔਰ ਜਿਹੜੇ ਫੋਲੋ ਨਹੀਂ ਕਰਦੇ ਦੋਵਾਂ ਨੂੰ ਆਪਾਂ ਇਸ ਮੰਜ ਦੇ ਉੱਤੇ ਲੈ ਕੇ ਆਵਾਂਗੇ ਬ੍ਰੇਕ ਤੋਂ ਬਾਅਦ ਔਰ ਰੱਖਾਂਗੇ ਕੀ ਹੈ ਢੱਡਰੀ ਵਾਲੇ ਦਾ ਮਸਲਾ ਇਹੀ ਆ ਅੱਜ ਦਾ ਮੁੱਦਾ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਇੱਕ ਬਾਤ ਸਵਾਗਤ ਹੈ ਗੱਲ ਹੋ ਰਹੀ ਹੈ ਰਣਜੀਤ ਸਿੰਘ ਢੱਡਰੀ ਵਾਲੇ ਦੀ ਅਤੇ ਉਹਨਾਂ ਦੇ ਉੱਤੇ ਜਿਹੜੇ ਦੋਸ਼ ਲਾਏ ਜਾ ਰਹੇ ਹਨ ਅਕਾਲ ਤਖ਼ਤ ਸਾਹਿਬ ਨੇ ਵੀ ਉਹਨਾਂ ਨੂੰ ਤਲਬ ਕੀਤਾ ਹੈ ਔਰ ਕਿਹਾ ਜਾ ਰਿਹਾ ਕਿ ਸਿੱਖ ਇਤਿਹਾਸ ਉਹ ਗਲਤ ਦੱਸਦੇ ਹਨ ਔਰ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਵੀ ਉਹਨਾਂ ਨੇ ਕਈ ਸਾਰੇ ਉਹਨਾਂ ਦੇ ਉੱਤੇ ਵੀ ਸਵਾਲ ਚੁੱਕੇ ਹਨ ਤਾਂ ਇਹ ਕਈ ਸਾਰੇ ਸਵਾਲ ਜਿਹੜੇ ਨੇ ਉਹ ਇਸ ਟਾਈਮ ਹਾਲ ਫਿਲਹਾਲ ਦੇ ਵਿੱਚ ਚੱਲ ਰਹੇ ਹਨ ਉਹਨਾਂ ਨੂੰ ਲੈ ਕੇ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਮੇਰੇ ਨਾਲ ਫੋਨ ਲਾਈਨ 'ਤੇ ਮੌਜੂਦ ਹਨ ਕਈ ਵਾਰ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਆਪਣੇ ਪ੍ਰਤੀਕਰਮ ਦਿੰਦੇ ਹੋਏ ਵੇਖਿਆ ਕੀ ਕੁਝ ਕਹਿਣਾ ਚਾਹੁੰਦੇ ਹਨ ਇਸ ਮਸਲੇ ਨੂੰ ਲੈ ਕੇ ਇੱਕ ਵਾਰੀ ਆਪਾਂ ਇਹਨਾਂ ਤੋਂ ਵੀ ਜਾਣ ਲੈਂਦੇ ਹਾਂ ਗੁਰਪ੍ਰੀਤ ਸਿੰਘ ਜੀ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰੀਤ ਸਿੰਘ ਸਭ ਤੋਂ ਪਹਿਲਾਂ ਮੈਂ ਤੁਹਾਡੇ ਓਪਨਿੰਗ ਕਮੈਂਟ ਜਾਣਨਾ ਚਾਹਾਂਗਾ ਕਿ ਜਿਹੜਾ ਵਿਰੋਧ ਸੰਗਰੂਰ ਦੇ ਵਿੱਚ ਕੀਤਾ ਗਿਆ ਦਮਦਮੀ ਟਕਸਾਲ ਵੱਲੋਂ ਇਸ ਵਿਰੋਧ ਨੂੰ ਤੁਸੀਂ ਜਾਇਜ਼ ਮੰਨਦੇ ਹੋ ਦੇਖੋ ਵਿਰੋਧ ਜਾਇਜ਼ ਜਾਂ ਨਾਜਾਇਜ਼ ਇਹਦੇ ਨਜ਼ਰੀਏ ਤੇ ਆ ਵੀ ਅਸੀਂ ਕਿਸ ਨਜ਼ਰੀਏ ਨਾਲ ਦੇਖ ਰਹੇ ਹਾਂ ਇਸ ਚੀਜ਼ ਨੂੰ ਠੀਕ ਹੈ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ ਦੇਖੋ ਜੇ ਤੇ ਅਸੀਂ ਸਿੰਘਾਂ ਦੇ ਪ੍ਰਤੇਕ ਹੀ ਦੇਖੀਏ ਤੇ ਜਾਂ ਪੰਥ ਦੇ ਪ੍ਰਤੇਕ ਹੀ ਦੇਖੀਏ ਆਪਾਂ ਠੀਕ ਹੈ ਤੇ ਇਹ ਵਿਰੋਧ ਜਾਇਜ਼ ਹੈ ਦੇਖੋ ਜੇ ਕੋਈ ਸਾਡੇ ਮਰਿਆਦਾ ਬਾਰੇ ਜਾਂ ਸਾਡੇ ਗੁਰੂ ਸਾਹਿਬਾਂ ਬਾਰੇ ਕੋਈ ਗੱਲ ਕਰਦਾ ਦਾਅਵਾ ਕਰਦਾ ਕਿ ਮੈਂ ਸਹੀ ਹਾਂ ਤੁਸੀਂ ਸਾਰੇ ਗਲਤ ਹੋ ਜਾਂ ਤੇ ਆਪਣਾ ਪੱਖ ਰੱਖ ਨੂੰ ਸਹੀ ਸਾਬਿਤ ਕਰੇ ਕਿਸ ਗੱਲ ਦਾ ਦਾਅਵਾ ਰੱਖਿਆ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਹੈ ਪੰਥ ਨੂੰ ਠੇਸ ਪਹੁੰਚਦੀ ਹੈ ਜਾਂ ਫਿਰ ਤੁਹਾਨੂੰ ਠੇਸ ਪਹੁੰਚਦੀ ਹੈ ਦੇਖੋ ਹਰ ਗੱਲ ਕੋਈ ਵੀ ਤੁਸੀਂ ਲੈ ਲਓ ਰਣਜੀਤ ਸਿੰਘ ਹੁਣਾਂ ਦੀ ਜੀ ਹੁਣ ਜਦ ਅਬਦਾਲੀ ਨੇ ਹਮਲੇ ਕੀਤੇ ਸਿੱਖਾਂ ਤੇ ਉਹਨੂੰ ਸਮਝ ਨਹੀਂ ਆਇਆ ਵੀ ਸਿੱਖਾਂ ਦਾ ਕਰਨਾ ਕੀ ਆ ਤੇ ਜਿਹੜੇ ਉਹਦੇ ਸੂਹੀਏ ਸੀ ਉਹਨਾਂ ਕਿਹਾ ਵੀ ਦੇਖੋ ਸਿੱਖਾਂ ਨੂੰ ਖਤਮ ਕੀਤਾ ਜਾ ਸਕਦਾ ਦੋ ਤਰੀਕਿਆਂ ਦੇ ਨਾਲ ਇਤਿਹਾਸ ਦੱਸਦਾ ਵੀ ਇਹਨਾਂ ਦਾ ਪਾਣੀ ਖੋਲੋ ਤੇ ਇਹਨਾਂ ਦਾ ਪਾਣੀ ਖੋਲੋ ਮਤਲਬ ਸਰੋਵਰ ਪੂਰ ਦੋ ਤੇ ਗੁਰੂ ਗ੍ਰੰਥ ਸਾਹਿਬ ਇਹਨਾਂ ਖੋਲੋ ਕਈ ਉਹ ਸਰੋਵਰ ਚ ਨਹਾ ਕੇ ਤੇ ਫਿਰ ਤਰੋ ਤਾਜ਼ਾ ਹੋ ਕੇ ਤੇ
ਪਤਾ ਨਹੀਂ ਤੋਂ ਕਿਹੜਾ ਨੂਰ ਲੈ ਕੇ ਨਿਕਲਦੇ ਤੇ ਫਿਰ ਸਾਡੇ ਤੇ ਹਮਲਾ ਕਰਦੇ ਨੇ। ਠੀਕ ਹੈ, ਇੱਕ ਹਵਾਲਾ ਇਹ, ਫਿਰ ਜਦੋਂ ਬਾਬਾ ਗੱਜਾ ਸਿੰਘ ਬੋਤਾ ਸਿੰਘ ਹੋਣੀ ਜਦੋਂ ਪਹਿਰੇ ਲੱਗੇ ਨੇ, ਉਹ ਇੰਨੇ ਪਹਿਰਿਆਂ ਦੇ ਵਿੱਚ ਦਰਬਾਰ ਸਾਹਿਬ ਇਸ਼ਨਾਨ ਕਰਨ ਜਾਂਦੇ ਨੇ। ਜਦੋਂ ਬਾਬਾ ਜੀਵਨ ਸਿੰਘ ਨੌਵੇਂ ਪਾਤਸ਼ਾਹ ਸੀਸ ਲੈ ਕੇ ਆਉਂਦੇ ਕਲਗੀ ਧਰ ਪਿਤਾ, ਕਹਿੰਦੇ ਮੰਗੋ ਕੀ ਮੰਗਦੇ, ਤੇ ਉਹ ਮੰਗਦੇ ਗੁਰੂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ। ਦੇਖੋ ਇਹ ਕਹਿੰਦੇ ਨੇ ਵੀ ਅਸੀਂ ਲੌਜਿਕ ਗੱਲ ਕਰਦੇ, ਤਰਕ ਨਾਲ ਗੱਲ ਕਰਦੇ ਹਾਂ, ਠੀਕ ਹੈ, ਇਹ ਵਿਗਿਆਨਿਕ ਗੱਲ ਕਰਦੇ ਹਾਂ। ਅਸਲ ਵਿੱਚ ਇਹਨਾਂ ਦੀ ਇਗਨੋਰੈਂਸ ਹੈ, ਇਹਨਾਂ ਦੀ ਬੜੀ ਵੱਡੀ ਅਗਿਆਨਤਾ ਗੁਰਬਾਣੀ ਪ੍ਰਤੀ ਔਰ ਪੱਛਮੀ ਸਮਾਜ ਪ੍ਰਤੀ। ਕਿਸ ਗੱਲ ਦੀ ਅਗਿਆਨਤਾ? ਦੇਖੋ ਪਹਿਲੀ ਅਗਿਆਨਤਾ ਇਹ ਤੇ ਗੁਰਬਾਣੀ ਜਿਹੜੀ ਤਰਕ ਦੇ ਖਿਲਾਫ ਲੋਤੀ ਹੋਈ ਹੈ। ਮਹਾਰਾਜ ਦਾ ਫਰਮਾਨ ਹੈ, ਤਰਕ ਨਾ ਚਾਹ ਭਰਮੀ ਚਾਹ ਕੇਸਵ ਵਿੱਚ ਉਹਨੇ ਅਈਏ ਮਈਏ ਏ ਕਾਂਜੀਓ। ਮਹਾਰਾਜ ਕਹਿੰਦੇ ਤਰਕ ਕਰੇਗਾ ਭਰਮ ਚ ਪੈ ਜਾਏਗਾ। ਕਾਰਨ ਕੀ ਹੈ, ਜਿਹੜਾ ਮੇਰਾ ਲੌਜਿਕ ਹੈ ਉਹ ਮੇਰੀ ਅਕਲ ਤੋਂ ਬਾਹਰੋਂ ਤੇ ਹੋ ਨਹੀਂ ਸਕਦਾ, ਜਿੰਨੀ ਕਿ ਮੇਰੀ ਅਕਲ ਉਹਨਾਂ ਕੁ ਮੈਂ ਲੌਜਿਕ ਦੇ ਸਕਦਾ। ਮੈਂ ਉਹੀ ਤਰਕ ਦੇਵਾਂਗਾ ਨਾ ਜੋ ਮੇਰੀ ਬੁੱਧੀ ਦੇ ਅਕੋਰਡਿੰਗ ਹੋਏਗਾ, ਉਹ ਤੋਂ ਬਾਅਦ ਮੈਂ ਜਾ ਨਹੀਂ ਸਕਦਾ, ਕਿਉਂਕਿ ਸਾਡਾ ਜਿਹੜਾ ਬ੍ਰੇਨ ਹੈ ਇੱਦਾਂ ਪ੍ਰੋਗਰਾਮ ਹੋਇਆ। ਗੁਰੂ ਸਾਹਿਬ ਦੀ ਕਈ ਗੱਲ ਨੂੰ ਅਸੀਂ ਆਪਣੀ ਅਕਲ ਨਾਲ ਕਿਵੇਂ ਤਰਕ ਦੇ ਸਕਦੇ? ਫਿਰ ਇਹ ਕਹਿੰਦੇ ਨੇ ਵੀ ਅਸੀਂ ਜਿਹੜਾ ਪੱਛਮੀ ਸਮਾਜ ਹੈ ਉਹ ਬੜਾ ਐਡਵਾਂਸ ਹੈ, ਆਉਣ ਵਾਲੇ ਸਮੇਂ ਸਾਡੇ ਬੱਚਿਆਂ ਨੂੰ ਅਸੀਂ ਕੀ ਸਿਖਾਵਾਂਗੇ, ਜੇ ਅਸੀਂ ਸਭ ਤੋਂ ਅਸੀਂ ਐਡਵਾਂਸ ਮੰਨਦੇ ਹਾਂ ਜੋ ਜਿਹੜੀ ਸੋਸਾਇਟੀ ਹੈ ਨਾ। ਤੇ ਤੁਹਾਨੂੰ ਲੱਗਦਾ ਕਿ ਇਹ ਗਲਤ ਗੱਲ ਹੈ ਕਿ ਆਉਣ ਵਾਲਾ ਸਮਾਂ ਐਡਵਾਂਸ ਹੋਏਗਾ? ਨਹੀਂ, ਤੁਹਾਨੂੰ ਉਹੀ ਤੁਹਾਨੂੰ ਉੱਥੇ ਲੈ ਕੇ ਜਾ ਰਿਹਾ ਮੈਂ। ਦੇਖੋ ਕਦੀ ਵੀ ਕੋਈ ਸਿੱਖ ਸਕਾਲਰ ਕੋਈ ਕ੍ਰਾਂਤੀ ਦੀ ਗੱਲ ਕਰਦਾ, ਉਹ ਇੱਕੋ ਉਦਾਹਰਣ ਦਿੰਦਾ ਜੂਇਸ਼ ਲੋਕਾਂ ਦੀ, ਵੀ ਜਦ ਹਿਟਲਰ ਨੇ ਉਹਨਾਂ ਨੂੰ ਚੈਂਬਰ ਸੁੱਟਿਆ ਤੇ ਉਹਨਾਂ ਕਿਸ ਤਰ੍ਹਾਂ ਬਾਊਂਸ ਬੈਕ ਕੀਤਾ, ਅੱਜ ਵਰਲਡ ਇਕਨੋਮੀ ਰੂਲ ਕਰਦੇ ਨੇ। ਜਿਹਨੂੰ ਇਹ ਲੋਕ ਕਹਿੰਦੇ ਵੀ ਦਰਬਾਰ ਸਾਹਿਬ ਇੱਕ ਆਮ ਇਮਾਰਤ ਹੈ, ਸਧਾਰਨ ਇਮਾਰਤ ਹੈ, ਕਦੀ ਜੂਇਸ਼ ਲੋਕਾਂ ਨੂੰ ਪੁੱਛਿਆ ਕਿ ਜਿਹੜੀ ਵੈਸਟਰਨ ਵਾਲ ਹੈ ਜੇਰੂਸਲਮ ਦੇ ਵਿੱਚ ਕਿਉਂ ਉੱਥੇ ਜਾ ਕੇ ਪ੍ਰੇਅਰ ਕਰਦੇ ਨੇ? ਕਦੀ ਕੋਈ ਜੂਇਸ਼ ਕਿਤਾ ਪੈਂਦੀ ਹੈ? ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੇ ਬੇਸਿਕਲੀ ਦਰਬਾਰ ਸਾਹਿਬ ਦੇ ਉੱਤੇ ਫਿੰਗਰ ਪੁਆਇੰਟ ਕੀਤੀ ਹੈ? ਹਾਂ, ਕਿਉਂ ਕਹਿੰਦੇ ਜਿਹੜਾ ਦਰਬਾਰ ਸਾਹਿਬ ਹੈ ਨਾ ਇੱਕ ਸਧਾਰਨ ਬਿਲਡਿੰਗ ਹੈ, ਜਿਹਨੂੰ ਬਾਰ ਬਾਰ ਹਵਲਾਵਟ ਢਾਉਣ ਦੀ ਕੋਸ਼ਿਸ਼ ਕਰਦੇ ਸੀਗੇ, ਅੱਜ ਉਹ ਗੱਲ ਇਹ ਕਹਿ ਰਹੇ ਨੇ। ਬਣਾਉਣੀਆਂ ਚਾਹੁੰਦੀਆਂ ਸੀਗੀਆਂ ਤੇ ਉਹਨਾਂ ਨੇ ਬਣਾਤਾ। ਉਹਨਾਂ ਨੇ ਇਹ ਵੀ ਕਿਹਾ ਕਿ ਜਿੱਥੇ ਵੱਡੇ ਪੱਧਰ ਤੇ ਭਾਰਤ ਦੇ ਵਿੱਚ ਦੀਵਾਲੀ ਬਣਾਈ ਜਾਂਦੀ ਹੈ ਤਾਂ ਅਸੀਂ ਬੰਦੀ ਛੋੜ ਦਿਵਸ ਮਨਾ ਲੈਂਦੇ ਹਾਂ, ਔਰ ਇੰਨੀ ਲਾਈਟਾਂ ਇੰਨੀ ਜਿਹੜੀ ਆਤਿਸ਼ਬਾਜ਼ੀ ਦਰਬਾਰ ਸਾਹਿਬ ਵਿਖੇ ਹੁੰਦੀ ਹੈ, ਔਰ ਉਹੀ ਜਿਹੜੀ ਆਤਿਸ਼ਬਾਜ਼ੀ ਹੈ ਜਿਹੜੀ ਉਹ ਜਾਉਂਦੀ ਹੈ ਜਿੱਥੇ ਅਸੀਂ ਪਵਨ ਗੁਰੂ ਪਾਣੀ ਪਿਤਾ ਦੀ ਗੱਲ ਕਰਦੇ ਹਾਂ, ਉਹਨੂੰ ਹੀ ਅਸੀਂ ਖਰਾਬ ਕਰ ਰਹੇ ਹਾਂ, ਔਰ ਜਿਹੜੀ ਆਤਿਸ਼ਬਾਜ਼ੀ ਜਦੋਂ ਜਾਂਦੀ ਹੈ ਤਾਂ ਉਹ ਸਰੋਵਰ ਦੇ ਵਿੱਚ ਗਿਰਦੀ ਹੈ, ਤਾਂ ਇਹਨਾਂ ਗੱਲਾਂ ਨਾਲ ਤੁਸੀਂ ਸਹਿਮਤੀ ਰੱਖਦੇ ਹੋ? ਕਹਿੰਦੇ ਉਸ ਟਾਈਮ ਤਾਂ ਆਤਿਸ਼ਬਾਜ਼ੀ ਨਹੀਂ ਹੁੰਦੀ ਸੀਗੀ। ਦੇਖੋ ਪਹਿਲੀ ਗੱਲ, ਬਾਬਾ ਮਨੀ ਸਿੰਘ ਦੀ ਸ਼ਹੀਦੀ ਕਿਉਂ ਹੋਈ ਹੈ? ਕਿਉਂਕਿ ਦੀਵਾਲੀ ਤੇ ਸਿੰਘਾਂ ਨੇ ਇਕੱਠੇ ਹੋਣਾ ਸੀਗਾ, ਇਹਦਾ ਮਤਲਬ ਸਿੰਘ ਦੀਵਾਲੀ ਤੇ ਇਕੱਠੇ ਹੋਇਆ ਕਰਦੇ ਸੀਗੇ। ਜਿਹੜਾ ਇਹ ਕਹਿੰਦੇ ਪਵਨ ਗੁਰੂ ਪਾਣੀ ਪਿਤਾ, ਅਗਰ ਪਾਣੀ ਨੂੰ ਅਗਰ ਇਹੋ ਹੀ ਪਾਣੀ ਪਿਤਾ ਹੈ ਤੇ ਸਵੇਰੇ ਜਾ ਤੁਸੀਂ ਆਪਣੇ ਆਪਾਂ ਲੈਟਰਿਨ ਜਾਣੇ ਤੇ ਉਸੇ ਪਿਤਾ ਦਾ ਆਪਣੇ ਆਪਣੇ ਪਿਛੋੜਾ ਧੋ ਰਹੇ ਹੁੰਦੇ ਆ। ਜੇ ਇਹੋ ਹੀ ਪੰਜ ਗੁਰਬਾਣੀ ਦੇ ਇਹਨਾਂ ਦੇ ਅਰਥ ਸਹੀ ਨੇ ਨਾ, ਜੇ ਪਵਨ ਇਹੋ ਪਵਨ ਗੁਰੂ ਪਾਣੀ ਪਿਤਾ ਇਹਦੇ ਬਾਰੇ ਗੱਲ ਕੀਤੀ ਹੈ ਤੇ ਜਦ ਵੀ ਭਾਰਤ ਗੰਦੇ ਕੀਤੇ ਅਸੀਂ ਆਪਣੇ ਪਿਓ ਨਾਲ ਤਸਾਬ ਕਰਦੇ ਆਪਣੇ ਪਿਛੋੜਾ ਆਪਣੇ ਪਿਓ ਨਾਲ ਧੋਨੇ ਆ। ਇਹ ਜਿਹੜੇ ਦੇਖੋ ਗੁਰਬਾਣੀ ਦੇ ਨਾਂ ਤੇ ਇਹਨਾਂ ਨੇ ਸਿੰਬਲ ਪੜੇ ਹੋਏ ਨੇ ਨਾ, ਇਹਨਾਂ ਨੇ ਮੈਟਾਫਰ ਪੜਿਆ ਹੋਇਆ ਹੈ। ਤਾਂ ਹੀ ਮੈਂ ਕਹਿੰਦਾ ਅਗਿਆਨਤਾ ਦੇ ਵਾਸਤੇ ਇਹ ਜਿਹੜੀ ਤਰਕ ਦੀ ਹੈ ਪੱਛਮੀ ਸਮਾਜ ਦੀ ਗੱਲ, ਪਾਣੀ ਦੀ ਗੱਲ ਚੱਲੀ ਹੈ। ਇੱਕ ਮੂਵੀ ਆਈ ਹੈ ਫਰੋਜ਼ਨ, ਉਹ ਮੂਵੀ ਜਿਹੜੀ ਸੈਕਿੰਡ ਪਾਰਟ ਹੈ, ਦੇਖੋ ਵਾਟਰ ਹੈਜ਼ ਮੈਮਰੀ। ਅੱਜ ਜਿਹੜਾ ਪੱਛਮੀ ਸਮਾਜ ਪਾਣੀ ਦੇ ਵਿੱਚ, ਇਹਦੇ ਵਿੱਚ ਠੇਸ ਕਿੱਥੇ ਪਹੁੰਚਦੀ ਹੈ ਪੰਥ ਨੂੰ, ਮੈਂ ਉਹ ਗੱਲ ਜਾਣਨਾ ਚਾਹੁੰਦਾ। ਦੇਖੋ ਠੇਸ, ਦੇਖੋ ਸਾਡੀ ਇੱਕ ਚੀਜ਼ ਹੁੰਦੀ ਹੈ ਜਿਹੜੀ ਅਸੀਂ ਪਰੰਪਰਾਗਤ ਪਿਤਾ ਪੁਰਖੀ ਕਰਦੇ ਆ ਰਹੇ ਹਾਂ। ਜੇ ਅਸੀਂ ਦੀਵਾਲੀ ਮਨਾ ਲੈਂਦੇ ਹਾਂ ਜਾਂ ਪਟਾਕੇ ਚਲਾ ਲੈਂਦੇ ਹਾਂ, ਉਹਨਾਂ ਪੋਲਿਊਸ਼ਨ ਹੁੰਦਾ ਜਿੰਨਾ ਸਾਰਾ ਸਾਲ ਗੱਡੀਆਂ ਨਾਲ ਹੁੰਦਾ। ਉਹ ਕਹਿੰਦੇ ਕਿ ਜੇ ਉਹ ਉਹਨਾਂ ਨੇ ਇਹ ਵੀ ਤਰਕ ਦਿੱਤੇ, ਇਹ ਵੀ ਪ੍ਰਤੀਕਰਮ ਦਿੱਤੇ ਕਿ ਜਿਹੜੇ ਜਿਨ੍ਹਾਂ ਤੋਂ ਸਾਨੂੰ ਉਮੀਦ ਸੀਗੀ ਉਹ ਸਾਡੀ ਉਮੀਦਾਂ 'ਤੇ ਖਰੇ ਨਹੀਂ ਉਤਰੇ, ਅੱਜ ਮੈਂ ਉਹਨਾਂ ਦੇ ਖਿਲਾਫ ਬੋਲਦਾ ਤਾਂ ਉਹਨਾਂ ਨੂੰ ਪੰਥ ਯਾਦ ਆ ਜਾਂਦਾ? ਨਹੀਂ, ਉਹਨਾਂ ਦੇ ਪਹਿਲੀ ਗੱਲ ਉਮੀਦ ਉਹਨਾਂ ਦੇ ਵਿੱਚ ਉਹਨਾਂ ਨੇ ਐਸ ਜੀ ਪੀ ਸੀ ਔਰ ਜਿਹੜੀਆਂ ਸੰਸਥਾਵਾਂ ਹਨ ਜਿਹਦੇ ਵਿੱਚ ਟਕਸਾਲੀ ਦੀਆਂ ਗੱਲ ਕਰਾਂ, ਮੈਂ ਦਮਦਮੀ ਟਕਸਾਲ ਦੀ ਗੱਲ ਕਰਾਂ, ਟਕਸਾਲੀ ਆਗੂ ਦੀ ਗੱਲ ਕਰਾਂ, ਬਾਦਲ ਪਰਿਵਾਰ ਦੀ ਗੱਲ ਕਰਾਂ, ਤੇ ਉਹਨਾਂ ਨੇ ਕਿਹਾ ਜੋ ਪੰਥ ਨੂੰ ਬਚਾ ਸਕਦੇ ਸੀਗੇ ਅੱਜ ਉਹ ਪੰਥ ਨੂੰ ਨਹੀਂ ਬਚਾ ਸਕੇ, ਔਰ ਅੱਜ ਮੈਂ ਉਹਨਾਂ ਲੋਕਾਂ ਨੂੰ ਜਾਗਰੂਕ ਕਰਦਾ ਜੋ ਕਿ ਇਹਨਾਂ ਦੇ ਉੱਤੇ ਅੰਧਾ ਵਿਸ਼ਵਾਸ ਕਰਦੇ ਹਨ। ਅੱਜ 10 ਉਹਨਾਂ ਦੇ ਲੋਕ ਮੇਰੇ ਉੱਤੇ ਵਿਰੋਧ ਕਰਦੇ ਹਨ, ਲੇਕਿਨ ਮੇਰੇ 10,000 ਫੋਲੋਵਰ ਨੇ ਤੇ ਮੈਨੂੰ ਤੇ ਘਬਰਾਉਣ ਦੀ ਲੋੜ ਨਹੀਂ ਭਾਵੇਂ ਮੇਰਾ ਵਿਰੋਧ ਕਰਦੇ ਰਹਿਣ। ਦੇਖੋ ਜੇ 10,000 ਫੋਲੋ ਨੇ ਨਾ,
ਤੇ ਰਾਧੇ ਮਾਂ ਦੇ 10 ਲੱਖ ਹੋਣਗੇ, ਆਸ਼ੂਤੋਸ਼ ਦੇ ਕਿੰਨੇ ਆ, ਭਨਿਆਰੇ ਵਾਲੇ ਕਿੰਨੇ ਸੀਗੇ, ਠੀਕ ਹੈ। ਫਿਰ ਜਿਹੜਾ ਜੇ ਭੀੜ ਦੀ ਗੱਲ, ਗੁਰਬਾਣੀ ਭੀੜ ਦੇ ਖਿਲਾਫ ਹੈ, ਮਹਾਰਾਜ ਕਹਿੰਦੇ ਨੇ, ਕਬੀਰ ਸਾਹਿਬ ਕਹਿੰਦੇ ਨੇ, ਤੇਰੀ ਨਿਰਗੁਣ ਕਥਾ ਕਾਇਸੂ ਕਹੀ, ਐਸਾ ਕੋਈ ਵਿਵੇਕੀ ਕੋਈ ਵਿਰਲਾ ਮੈਨੂੰ ਮਿਲੇ ਜਿਹਨਾਂ ਮੈਂ ਗੱਲ ਕਰਾਂ। ਤੁਸੀਂ ਕਿਸ 10 ਲੱਖ ਦੀ ਗੱਲ ਕਰ, 10,000 ਦੀ ਗੱਲ ਕਰਦੇ ਹੋ? ਜੇ ਭੀੜ ਦੀ ਗੱਲ ਕਰਨੀ ਤੇ ਭੀੜ ਤੇ ਸਿੱਧੂ ਮੂਸੇ ਵਾਲਾ ਇਕੱਠੀ ਕਰ ਲੈਂਦਾ। ਇਹ ਕੋਈ ਸਿੱਖੀ ਦੀ, ਦੇਖੋ ਇਹਦੀ ਹਰ ਗੱਲ ਜਿਹੜੀ ਸਿੱਖੀ ਦੇ ਉਲਟ ਆ, ਜਿਹੜੀ ਜਿਹੜੀ ਸਰੋਵਰ ਨੂੰ ਕਹਿੰਦਾ ਪਾਣੀ ਹੈ। ਹੁਣ ਅੱਜ ਜਿਹੜਾ ਪੱਛਮੀ ਸਮਾਜ ਹੈ ਉਹ ਪਾਣੀ ਦੇ ਕਿੰਨੀਆਂ ਖੋਜਾਂ ਕਰ ਰਿਹਾ, ਮਤਲਬ ਇਹਨਾਂ ਨੇ ਨਾ ਤੇ ਸਾਇੰਸ ਪੜ੍ਹੀ ਹੋਈ ਹੈ, ਨਾ ਇਹਨਾਂ ਪੱਛਮੀ ਸਭਿਅਤਾ ਪੜ੍ਹੀ ਹੋਈ ਹੈ, ਨਾ ਇਹਨਾਂ ਪੱਛਮੀ ਧਰਮ ਪੜ੍ਹੇ ਹੋਏ ਨੇ। ਜੇ ਦਰਬਾਰ ਸਾਨੂੰ ਬਿਲਡਿੰਗ ਕਹਿੰਦੇ ਨੇ ਤੇ ਰੀਸ ਕਰਦੇ ਨੇ ਈਸਾਈਆਂ ਦੀ, ਦੇਖੋ ਬਾਈਬਲ ਦਾ ਪਹਿਲਾ ਚੈਪਟਰ ਹੈ ਜੈਨੇਸਿਸ 1:1, ਉਹ ਕਹਿੰਦਾ ਇਨ ਦ ਬਿਗਿਨਿੰਗ ਗੋਡ ਕ੍ਰੀਏਟਡ ਦ ਅਰਥ ਐਂਡ ਦ ਹੈਵਨ, ਵੀ ਉਹਨੇ ਬੜੇ ਸਾਰੇ ਸਵਰਗ ਤੇ ਧਰਤੀ ਖੜੀ ਕੀਤੀ। ਪਰ ਕਦੀ ਕਿਸੇ ਈਸਾਈ ਨੇ ਨਹੀਂ ਕਿਹਾ ਵੀ ਜੇ ਇਹ ਧਰਤੀ ਗੋਡ ਨੇ ਬਣਾਈ, ਬਾਕੀ ਧਰਤੀ ਕਿਹਨੇ ਬਣਾਈ ਹੈ, ਕਿਉਂਕਿ ਜਿਹੜੀ ਅਰਥ ਹੈ ਉਹ ਸਿੰਗੂਲਰ ਹੈ, ਹੈਵਨਸ ਪਲੂਰਲ ਨੇ। ਇਹ ਕਹਿ ਰਿਹਾ ਵੀ ਗੁਰਬਾਣੀ ਦੇ ਸ਼ੰਕੇ ਖੜੇ ਕਰ ਰਹੇ ਨੇ। ਫਿਰ ਕਹਿੰਦਾ ਜਿਹੜਾ ਗਿਆਨ ਹੈ ਉਹ ਗੁਰੂ ਹੈ, ਗ੍ਰੰਥ ਜਿਹੜਾ ਜ਼ਰੀਆ, ਤੇ ਜਿਹਨੂੰ ਜਿਹਦੇ ਨਾਲ ਜ਼ਮੀਨ ਲਵਾਈ ਹੈ ਉਹ ਜ਼ਰੀਆ ਸਾਹਿਬ ਦੇ ਨਾਲ ਜ਼ਮੀਨ ਲਵਾਈ, ਏਦਾਂ ਏਦਾਂ ਲਿਖਿਆ ਵੀ ਧੰਨ ਜ਼ਰੀਆ ਗ੍ਰੰਥ ਸਾਹਿਬ ਜੀ ਕਿ ਗੁਰੂ ਗ੍ਰੰਥ ਸਾਹਿਬ ਲਿਖਿਆ ਉੱਥੇ। ਫਿਰ ਜਿਹੜਾ ਸ੍ਰੀ ਹਰਿਮੰਦਰ ਸਾਹਿਬ ਜਿਹਨੂੰ ਗੁਰੂ ਸਾਹਿਬਾਂ ਨੇ ਸਾਡੇ ਕੋਲ ਸਿੱਖਾਂ ਨੇ ਆਪਣੇ ਹੱਥੀ ਉਸਾਰਿਆ, ਜਿਹਦੇ ਵਾਸਤੇ ਬਾਬਾ ਦੀਪ ਸਿੰਘ ਨੇ ਆਪਣੇ ਸੀਸ ਕਤਲ ਕਰਾਏ ਨੇ, ਇੰਨੀਆਂ ਸ਼ਹਾਦਤਾਂ ਹੋਈਆਂ ਨੇ, ਉਹਦੇ ਆਮ ਬਿਲਡਿੰਗ ਹੈ। ਤੇ ਜਿਹੜੀ ਆਪਣੇ ਮੂੰਹੋਂ ਕਹਿੰਦਾ ਵੀ 2 ਨੰਬਰ ਦੀ ਕਮਾਈ ਨਾਲ, ਜਦੋਂ ਆਪਾਂ ਹਰਾਮ ਦੀ ਕਮਾਈ ਕਹਿੰਦੇ ਹਾਂ, ਉਹਦੇ ਨਾਲ ਬਣਾਈ ਹੋਈ ਜਿਹੜੀ ਬਿਲਡਿੰਗ ਹੈ ਪਰਮੇਸ਼ਵਰ ਦੁਆਰ, ਉਹ ਸ੍ਰੀ ਪਰਮੇਸ਼ਵਰ ਦੁਆਰ ਸਾਹਿਬ ਹੋ ਜਾਂਦੀ ਹੈ। ਹੁਣ ਦੇਖੋ ਆਪਣੇ ਮੂੰਹ ਕੀ ਕਹਿ ਰਿਹਾ ਹੈ, ਇਹ ਕਹਿੰਦਾ ਕਿ ਮੈਂ 10 ਸਾਲ ਗਲਤ ਪ੍ਰਚਾਰ ਕੀਤਾ। ਹੁਣ ਤੁਸੀਂ ਅਗਰ ਕੋਈ ਗਲਤ ਚੀਜ਼ ਮਾਰਕੀਟ 'ਚ ਵੇਚਦੇ ਹੋ, ਬਾਅਦ 'ਚ ਉਹਦੀ ਰੀਕਾਲ ਆਉਂਦੀ, ਕੰਪਨੀ ਵਾਪਸ ਕਰਦੀ ਕਿ ਨਹੀਂ ਕਰਦੀ? ਜੇ ਤੂੰ 10 ਸਾਲ ਗਲਤ ਪ੍ਰਚਾਰ ਕੀਤਾ, ਉਸ ਗਲਤ ਪ੍ਰਚਾਰ ਦੇ ਨਾਲ ਜਿਹੜਾ ਤੂੰ ਮਾਇਆ ਕੱਢੀ ਕੀਤੀ, ਫਿਰ ਮਾਇਆ ਤੇ ਸਾਰੀ 2 ਨੰਬਰ ਦੀ ਹੋਈ। ਸਾਡੀ ਜ਼ਿੰਮੇਵਾਰੀ ਬਣਦੀ ਹੈ, ਬ੍ਰੇਕ ਤੋਂ ਬਾਅਦ ਮਿਲਦੇ ਹਾਂ ਔਰ ਉਹਨਾਂ ਨੂੰ ਵੀ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਗੁਰਪ੍ਰੀਤ ਸਿੰਘ ਜੀ ਫਰੋਮ ਕੈਲੀਫੋਰਨੀਆ ਸਾਡੇ ਨਾਲ ਮੌਜੂਦ ਨੇ। ਅਸੀਂ ਕੋਸ਼ਿਸ਼ ਕੀਤੀ ਕਿ ਦੂਜੇ ਪੱਖੋਂ ਵੀ ਅਸੀਂ ਉਹਨਾਂ ਨੂੰ ਜਿਹੜੇ ਫੋਲੋ ਕਰਦੇ ਹਨ ਉਹਨਾਂ ਨੂੰ ਲੈ ਕੇ ਆਈਏ, ਲੇਕਿਨ ਉਹਨਾਂ ਨੇ ਆਉਣ ਦੇ ਲਈ ਹਜੇ ਹਾਲ ਫਿਲਹਾਲ ਦੇ ਵਿੱਚ ਮਨਾ ਕਰ ਦਿੱਤਾ। ਉਹ ਕੋਈ ਵੀ ਆਪਣੇ ਪ੍ਰਤੀਕਰਮ ਨਹੀਂ ਦੇਣਾ ਚਾਹੁੰਦੇ, ਲੇਕਿਨ ਮੇਰੇ ਨਾਲ ਗੁਰਪ੍ਰੀਤ ਸਿੰਘ ਜੀ ਮੌਜੂਦ ਨੇ ਕੈਲੀਫੋਰਨੀਆ ਤੋਂ। ਗੁਰਪ੍ਰੀਤ ਸਿੰਘ ਜੀ, ਤੁਸੀਂ ਆਪਣੇ ਵਿਚਾਰ ਰੱਖ ਰਹੇ ਸੀਗੇ ਅਤੇ ਕੀ ਕੁਝ ਐਡ ਕਰਨਾ ਚਾਹੋਗੇ ਇਸ ਦੇ ਉੱਤੇ? ਹੋ ਦੇਖੋ, ਦੂਸਰਾ ਜਿਹੜਾ ਸਾਡਾ ਧਰਮ ਹੈ ਨਾ, ਅਸੀਂ ਇੱਕ ਗ੍ਰੰਥ ਦੇ ਉਪਾਸ਼ਕ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ। ਜਦੋਂ ਮਹਾਰਾਜ ਜੀ ਨੇ ਇਹ ਗ੍ਰੰਥ ਸਥਾਪਿਤ ਸੰਪਾਦਿਤ ਕਰ ਲਿਆ ਨਾ ਪੰਜਵੇਂ ਪਾਤਸ਼ਾਹ ਨੇ, ਸਾਨੂੰ ਪਤਾ ਉਹਦੇ ਬਾਅਦ ਉਹ ਉੱਪਰ ਪਏ ਮਹਾਰਾਜ ਪ੍ਰਕਾਸ਼ ਕਰਕੇ ਆਪ ਜ਼ਮੀਨ ਤੇ ਪੈਂਦੇ ਰਹੇ ਨੇ। ਮਹਾਰਾਜ ਵਚਨ ਪੋਥੀ ਪਰਮੇਸ਼ਰ ਕਾ ਥਾਨ, ਇਹ ਜੋ ਪੋਥੀ ਮਹਾਰਾਜ ਮਹਾਰਾਜ ਕਹਿੰਦੇ ਜਿਹੜੀ ਪੋਥੀ ਹੈ ਪਰਮੇਸ਼ਰ ਦੀ ਪ੍ਰਥਾਏ ਸੰਸਾਰ ਤੇ ਅਵਤਰਿਤ ਹੋਈ ਹੈ, ਤੇ ਇਹ ਉਹਨੂੰ ਜ਼ਰੀਆ ਦੱਸ ਰਹੇ ਨੇ। ਫਿਰ ਜਿਹੜੀ ਕੁਦਰਤ ਦੀ ਗੱਲ, ਜਿਹੜੇ ਕੁਦਰਤੀ ਰੱਬ ਹੈ ਜਾਂ ਕੁਦਰਤੀ ਬ੍ਰਹਮ ਹੈ, ਪ੍ਰਗਟ ਕੀਤਾ ਕੁਦਰਤ। ਦੂਜੀ ਕੁਦਰਤ ਜਿਹੜਾ ਇਹਦਾ ਅਸਲੀ ਮਤਲਬ ਹੁੰਦਾ ਕੁਵਤ, ਤਾਕਤ। ਜਿਹੜੀ ਆਪਾਂ ਕੁਦਰਤ ਦੇਖਦੀ ਨਾ ਸਾਰੇ ਪਾਸੇ, ਪਰਮੇਸ਼ਵਰ ਦੀ ਤਾਕਤ ਹੈ ਜਿਹੜੀ ਅਸੀਂ ਨਾਮ ਲੈਂਦੇ ਹਾਂ, ਕਿਉਂਕਿ ਦੇਖਦੀ ਤਾਂ ਹੈ ਨੀ ਪਰ ਪੱਤਿਆਂ ਚ ਦੇਖਦੀ ਹੈ, ਪਹਾੜਾਂ ਚ ਦੇਖਦੀ ਹੈ, ਉਹ ਤਾਕਤ ਦਾ ਨਾਮ ਹੈ। ਜੇ ਬ੍ਰਹਮ ਕਹਾਂਗੇ, ਬ੍ਰਹਮ ਪੱਥਰ ਹੈ, ਤੇ ਬ੍ਰਹਮ ਜਿਹੜਾ ਹੈ ਉਹ ਨਜ਼ਰ ਤੇ ਆਉਂਦਾ ਨੀ ਕਿਸੇ ਨੂੰ, ਪਰ ਕੁਦਰਤ ਨਜ਼ਰ ਆਉਂਦੀ ਹੈ ਜੀ। ਸੋ ਜਿਹੜਾ ਕੁਦਰਤ ਰੱਬ ਕਹਿ ਰਿਹਾ ਰੱਬ ਕੁਦਰਤ ਜੀ, ਫਿਰ ਇਹ ਕੁਦਰਤ ਤੇ ਰੱਬ ਨੂੰ ਇੱਕ ਕਿਵੇਂ ਕਰ ਰਹੇ ਨੇ ਜੀ? ਨਾ ਇਹ ਸ੍ਰੀ ਹਰਿਮੰਦਰ ਸਾਹਿਬ ਬਾਰੇ ਕੋਈ ਸਹੀ ਪ੍ਰਮਾਣ ਦੇ ਸਕੇ। ਇਹ ਕਹਿੰਦਾ ਮੈਂ ਤਰਕ ਤੇ ਗੱਲ ਕਰਦਾ, ਤੂੰ ਮੇਰੀ ਵੀ ਅੱਜ ਵੀ, ਕਿਉਂਕਿ ਮੈਂ ਤੇ ਫੇਸਬੁੱਕ ਬੰਦ ਕੀਤਾ, ਕਿਸੇ ਨੇ ਭੇਜਿਆ ਸੀ ਵੀਡੀਓ, ਕਹਿ ਰਹੇ ਨੇ ਕਿ ਮੈਂ 5 ਲੱਖ ਦੇਣ ਨੂੰ ਜੀ ਸਾਹਮਣੇ ਪ੍ਰਚਾਰ ਕਰੋ, ਤੇ ਮੇਰੇ ਦੇ ਭਾਈ ਸਾਨੂੰ ਬੇਨਤੀ ਵੀ ਤੁਸੀਂ ਪੰਡਾਲ ਜਾਓ, ਮੈਂ ਨਾ ਛੋਟੀ ਪਾ ਗਿਆ ਤੁਹਾਡੇ ਬਹਿੰਦੇ ਆ। ਗੁਰਪ੍ਰੀਤ, ਤੁਹਾਡੀ ਆਵਾਜ਼ ਸਾਡੇ ਤੱਕ ਕਲੀਅਰ ਨਹੀਂ ਪਹੁੰਚ ਪਾ ਰਹੀ, ਲੇਕਿਨ ਮਿਹਰਬਾਨੀ ਤੁਸੀਂ ਆਪਣੇ ਪ੍ਰਤੀਕਰਮ ਸਾਡੇ ਨਾਲ ਇਸ ਮੰਚ ਦੇ ਉੱਤੇ ਸਾਂਝੇ ਕੀਤੇ ਔਰ ਆਪਣੇ ਵਿਚਾਰ ਰੱਖੇ, ਤੇ ਜਿਹੜੀ ਗੱਲ ਦੱਸ ਰਹੇ ਸੀਗੇ ਕਿ
ਇਹਨਾਂ ਨੂੰ ਲੈ ਕੇ ਕਈ ਸਾਰੇ ਜਿਹੜੇ ਸਵਾਲ ਸੀਗੇ ਖੜ੍ਹੇ ਹੋ ਰਹੇ ਸੀਗੇ, ਦੁਚਿੱਤੀ ਪੈਦਾ ਹੋਈ ਹੋਈ ਹੈ। ਕੋਸ਼ਿਸ਼ ਕਰ ਰਹੇ ਹਾਂ ਸਾਡੀ ਟੀਮ ਕਿ ਉਹਨਾਂ ਨੂੰ ਵੀ ਅਸੀਂ ਮੰਚ ਦੇ ਉੱਤੇ ਲੈ ਕੇ ਆਈਏ ਜੋ ਉਹਨਾਂ ਨੂੰ ਫੋਲੋ ਕਰਦੇ ਹਨ। ਬਕਾਇਦਾ ਸਾਡੀ ਟੀਮ ਨੇ ਜਦ ਗੱਲ ਕੀਤੀ ਔਰ ਸਵਾਲ ਜਦ ਉਹਨਾਂ ਨੂੰ ਭੇਜੇ ਤਾਂ ਉਹਨਾਂ ਸਵਾਲਾਂ ਦੇ ਵਿੱਚ ਕੀ ਕੁਝ ਕਿਹਾ ਗਿਆ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ, ਉਹ ਇੱਕ ਵਾਰੀ ਆਪਾਂ ਮੁੜ ਤੋਂ ਸੁਣ ਲੈਂਦੇ ਹਾਂ ਔਰ ਕੀ ਕੁਝ ਪ੍ਰਤੀਕਰਮ ਜੋ ਉਹਨਾਂ ਦਾ ਵਿਰੋਧ ਕਰਨ ਆਏ ਸੀਗੇ ਉਹਨਾਂ ਨੇ ਦਿੱਤੇ, ਉਹ ਇੱਕ ਵਾਰੀ ਆਪਾਂ ਜਿਹੜਾ ਕਮੈਂਟਸ ਨੇ ਉਹ ਇੱਕ ਵਾਰੀ ਆਪਾਂ ਜ਼ਰੂਰ ਦਰਸ਼ਕਾਂ ਨੂੰ ਮੁੜ ਤੋਂ ਵਿਖਾ ਦਿੰਦੇ ਹਾਂ। ਸਾਹਿਬ ਪੇਸ਼ ਹੋਵੇ ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਨਹੀਂ ਗਾ, ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਨਹੀਂ ਮੰਨਦਾ, ਉਹ ਗੁਰੂ ਕਾ ਸਿੱਖ ਨਹੀਂ ਗਾ। ਇੱਕ ਪਾਸੇ ਕਹਿੰਦਾ ਮੈਂ ਖੰਡੇ ਬਾਟੇ ਨਾਲ ਅੰਮ੍ਰਿਤ ਛਕਾਉਣਾ ਵਾ, ਆਪ ਇਹਨੇ ਕਿੱਥੋਂ ਅੰਮ੍ਰਿਤ ਛਕਿਆ ਵਾ? ਇਹ ਉਹਨਾਂ ਪੰਜਾਂ ਪਿਆਰਿਆਂ ਦੇ ਨਾਂ ਦੱਸੇ ਜਿਹਨਾਂ ਕੋਲ ਅੰਮ੍ਰਿਤ ਛਕਿਆ। ਜੇ ਇਹਨਾਂ ਆਪਣੀਆਂ ਕੁੱਝੀਆਂ ਹਰਕਤਾਂ ਤੋਂ ਬਾਜ ਨਾ ਆਇਆ ਤੇ ਇਹਨੂੰ ਚਾਹਟਾ ਛਕਾਵਾਂਗੇ ਨਿਹੰਗ ਸਿੰਘ, ਜਿਸ ਤਰ੍ਹਾਂ ਮਿਰਚਾਂ ਦੀ ਬੋਰੀ ਚ ਪਾ ਕੇ ਸਨੋਤਰ ਫੇਰਦੇ ਆ ਨਾ। ਇਹ ਢੱਡਰੀਆਂ ਵਾਲਿਆ ਬੰਦਾ ਬਣ ਜਾ, ਸੁਧਰ ਜਾ, ਚੰਗਾ ਰਹੇਗਾ। ਇਹ ਕਿਤੇ ਗਿੱਦੜ ਭੰਬਕੀਆਂ ਤੋਂ ਅਸੀਂ ਨੀ ਕਦੀ ਡਰੇ, ਜਿਹੜਾ ਤੂੰ ਪੁਲਿਸ ਦੇ ਸਿਰ ਤੇ ਤਿੜਦਾ ਨਾ। ਅੱਗੇ ਕਿਹੜਾ ਅਸੀਂ ਕਦੀ ਪੁਲਿਸ ਵੇਖੀ ਨੀ ਜਾਂ ਪੁਲਿਸ ਨੀ ਸਾਨੂੰ ਜਾਣਦੀ, ਜਾਂ ਅਸੀਂ ਨੀ ਕਦੀ ਸਾਡਾ ਸਾਰਾ ਕੁਝ ਤੇਰੇ ਵਰਗੇ ਡੌਟਾਂ ਨੇ ਕਰਵਾਇਆ ਵਾ। ਆਪਣੀਆਂ ਹਰਕਤਾਂ ਨੂੰ ਬਾਜ ਆ ਜਾ, ਅਕਾਲ ਤਖ਼ਤ ਸਾਹਿਬ ਪੇਸ਼ ਹੋ ਤੇ ਗੁਰੂ ਕੇ ਪੰਥ ਕੋਲ ਮਾਫ਼ੀ ਮੰਗ। ਸਾਧ ਸੰਗਤ ਜੀ, ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ, ਜਿੱਥੇ ਇਹਦਾ ਕੰਜਰਖਾਨਾ ਲੱਗਦਾ ਹੈ, ਦੁਕਾਨ ਨੀ ਗਾ ਇਹਦਾ, ਜਿੱਥੇ ਕੰਜਰਖਾਨਾ ਲਾਉਂਦਾ ਇਹ ਸਾਰੀ ਸਿੱਖ ਪੰਥ, ਸਾਰਾ ਜਗਤ, ਗੁਰੂ ਨਾਨਕ ਨਾਮ ਲੈਵਾ, ਸਿੱਖ ਸੰਗਤਾਂ ਸਾਰੀਆਂ ਨੂੰ ਬੰਦ ਕਰਾਓ। ਸਾਰੇ ਸਿੱਖ ਸਿੱਖ ਦਾ ਫਰਜ਼ ਬਣਦਾ ਘਰ ਪ੍ਰਤੀ, ਇਹਦਾ ਖਿਲਾਫ ਕਰੋ। ਇਹਦੇ ਜੋ ਵੀ ਵੀਡੀਓ ਇਹਦੇ ਖਿਲਾਫ ਪਾਈਆਂ ਜਾਂਦੀਆਂ ਪਾਓ, ਤੇ ਇਹ ਗੁਰੂ ਕਾ ਸਿੱਖ ਨਹੀਂ ਗਾ, ਇਹ ਔਰੰਗਜ਼ੇਬ ਦੀ ਔਲਾਦ ਦੇ ਵਿੱਚੋਂ ਆ। ਵੱਡੀ ਗੁੰਡਾਗਰਦੀ ਕੀ ਹੋ ਸਕਦੀ ਹੈ? ਤਰਨ ਤਾਰਨ ਸਾਹਿਬ ਪ੍ਰੋਗਰਾਮ ਰੱਖਿਆ ਗਿਆ, ਪ੍ਰਸ਼ਾਸਨ ਨੇ ਮੈਨੂੰ ਕਿਹਾ ਭਾਈ ਸਾਹਿਬ ਇਹ ਗੁੰਡੇ ਬੰਦੇ ਆ, ਇੱਕ ਮੱਝ ਲਿਬੜੀ ਆ, ਆਪਾਂ ਸਿਆਣੇ ਬਣੀਏ, ਮੈਂ ਉੱਥੇ ਨਹੀਂ ਗਿਆ, ਪ੍ਰੋਗਰਾਮ ਰੱਦ ਕਰ ਦਿੱਤੇ ਗਏ। ਅੰਮ੍ਰਿਤਸਰ ਪ੍ਰੋਗਰਾਮ ਰੱਖਿਆ ਗਿਆ, ਛੱਡੋ ਭਾਈ ਸਾਹਿਬ ਤੁਸੀਂ ਉਹੀ ਰਹਿਣ ਦਿਓ ਜੀ, ਇਹ ਤਾਂ ਗੁੰਡੇ ਬੰਦੇ ਆ, ਆਪਾਂ ਹਟ ਗਏ। ਹੁਣ ਗੁਰਦਾਸਪੁਰ ਪ੍ਰੋਗਰਾਮ ਰੱਖਿਆ ਗਿਆ, ਇਹ ਛੱਡੋ ਜੀ ਪਰ ਇਹ ਤਾਂ ਗੁੰਡੇ ਬੰਦੇ ਆ, ਆਪਾਂ ਸਿਆਣੇ ਬਣੋ, ਆਪਾਂ ਨਹੀਂ ਗਏ। ਹੁਣ ਹੱਦ ਇਸ ਗੱਲ ਦੀ ਹੈ ਕਿ ਅੱਜ ਮਾਝਾ ਛੱਡ ਕੇ ਬੰਦੇ ਮਾਲਵੇ ਵਿੱਚ ਤੁਰੇ ਫਿਰਦੇ ਆ, ਉਹ ਅਜਨਾਲਾ ਜਿਹੜਾ ਬਾਬੇ ਜਰਨੈਲ ਸਿੰਘ ਨੂੰ ਅਜੇ ਤੱਕ ਸ਼ਹੀਦ ਨਹੀਂ ਮੰਨਦਾ ਤੇ ਕਹੀ ਜਾਂਦਾ ਹੈ ਕਿ ਕੂੜ ਪ੍ਰਚਾਰ ਢੱਡਰੀਆਂ ਵਾਲਾ ਕਰਦਾ। ਯਾਰ 20 ਸਾਲ ਕੂੜ ਪ੍ਰਚਾਰ ਤੁਸੀਂ ਕਰੋ, ਝੂਠ ਦੁਨੀਆ ਭਰ ਦੇ ਤੁਸੀਂ ਬੋਲੇ ਹੈ ਤੇ ਅੱਜ ਗੱਪ ਕਹਾਣੀਆਂ ਸੁਣਾ ਸੁਣਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਤੇ ਕੂੜ ਪ੍ਰਚਾਰ ਢੱਡਰੀਆਂ ਵਾਲਾ ਕਰਦਾ। 10 ਬੰਦਿਆਂ ਕਰਕੇ 10,000 ਬੰਦਾ ਸੁਣਨਾ ਚਾਹੁੰਦਾ, 20 ਬੰਦੇ ਹੋਵੋਗੇ ਉੱਧਰ 20,000 ਬੰਦਾ ਸੁਣਨਾ ਚਾਹੁੰਦਾ, ਪਰ ਅੱਜ ਤੱਕ ਲੋਕਾਂ ਦੇ ਉੱਤੇ ਦਬਦਬਾ ਰਿਹਾ, ਇੱਦਾਂ ਦੀਆਂ ਧਮਕੀਆਂ ਦਿੰਦੇ ਆ। ਕੱਲ੍ਹ ਵੀ ਇੱਕ ਵੀਡੀਓ ਵੇਖੀ ਹੈ ਜਿਹਦੇ 'ਚ ਕੁਝ ਨਿਹੰਗ ਸਿੰਘ ਇਕੱਠੇ ਹੋ ਕੇ ਕਹਿ ਰਹੇ ਆ, ਇੱਕ ਵੀਡੀਓ ਘੁੰਮਦੀ ਹੈ ਕਿ ਢੱਡਰੀਆਂ ਵਾਲਿਆ ਅਸੀਂ ਬੋਰੀ ਦੇ ਵਿੱਚ ਪਾ ਕੇ, ਮਰਚਾਂ ਵਾਲੀ ਬੋਰੀ ਵਿੱਚ ਪਾ ਕੇ ਸੋਧਾ ਲਾਉਂਦੇ ਹੁੰਦੇ ਆ, ਇੱਦਾਂ ਖੁੱਲ੍ਹ ਕੇ ਧਮਕੀਆਂ ਦੇ ਰਹੀਆਂ, ਕਿੱਥੇ ਗਿਆ ਪ੍ਰਸ਼ਾਸਨ? ਤੇ ਆਹ ਤਾਂ ਸ਼ਰੇਆਮ ਧੱਕਾ ਹੈ। ਹੁਣ ਕੱਲ੍ਹ ਨੂੰ ਕੋਈ 19-21 ਹੋ ਗਈ, ਉੱਥੇ ਕੋਈ ਝਗੜਾ ਹੋ ਗਿਆ, ਫਿਰ ਇਹਨਾਂ ਨੇ ਅਗਰਾਹੀਆਂ ਕਰਨ ਲੱਗ ਜਾਣਾ ਜੀ ਸਿੰਘਾਂ ਦੀ, ਹੁਣ ਮਦਦ ਕਰੋ ਜੀ, ਸਿੰਘਾਂ ਨੇ ਮੋਰਚਾ ਲਾ ਲਿਆ ਜੀ। ਜਦੋਂ ਕਿਤੇ ਉਹ ਦੀਵਾਨ ਰੱਦ ਹੋ ਜਾਂਦੇ ਨੇ ਫਿਰ ਕਹਿੰਦੇ ਲਓ ਜੀ ਸਿੰਘਾਂ ਨੇ ਮੋਰਚਾ ਫਤਿਹ ਕਰ ਲਿਆ। ਮੈਂ ਪੁੱਛਣਾ ਚਾਹੁੰਦਾ ਅਜਨਾਲੇ ਨੂੰ ਵੀ ਤੁਹਾਡੇ ਕੋਲ ਢੱਡਰੀਆਂ ਵਾਲਾ ਹੀ ਮੋਰਚਾ? ਬਹੁਤ ਕੰਮ ਕਰਨ ਵਾਲੇ ਨੇ, ਤੇਰੇ ਸਾਹਮਣੇ ਬਿਆਸ ਦੇ ਕੋਲੋਂ ਲੰਘ ਕੇ ਆਏਗਾ, ਕਿੰਨੇ ਡੇਰੇ ਸਰਸੇ ਵਾਲੇ ਦੇ ਲੰਘਦੇ ਹੈ, ਕਿੰਨਾ ਕੁਝ ਲੰਘ ਕੇ ਆਏ ਹੋ ਤੁਸੀਂ, ਤੇ ਤੁਹਾਨੂੰ ਢੱਡਰੀਆਂ ਵਾਲਾ ਹੀ ਨਜ਼ਰ ਆਉਂਦਾ ਇੱਥੇ? ਤਾਂ ਤੁਹਾਨੂੰ ਇਸ ਮਸਲੇ ਬਾਰੇ ਕੀ ਲੱਗਦਾ? ਤੁਸੀਂ ਆਪਣੇ ਕੀ ਕੁਝ ਪ੍ਰਤੀਕਰਮ ਦੇਣਾ ਚਾਹੁੰਦੇ ਹੋ? ਇਸ ਹੇਠ ਲਿਖੇ ਨੰਬਰ ਦੇ ਉੱਤੇ ਜੋ ਟੀਵੀ ਸਕਰੀਨ ਦੇ ਉੱਤੇ ਇਸ ਟਾਈਮ ਫਲੈਸ਼ ਹੋ ਰਿਹਾ, ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਵੀ ਆਪਣੇ ਪ੍ਰਤੀਕਰਮ ਮੇਰੇ ਨਾਲ ਸਾਂਝੇ ਕਰ ਸਕਦੇ ਹੋ। ਤੁਹਾਨੂੰ ਕੀ ਲੱਗਦਾ ਗਿਆਨੀ ਰਣਜੀਤ ਸਿੰਘ ਢੱਡਰੀਆਂ ਵਾਲੇ, ਕੀ ਤੁਸੀਂ ਉਹਨਾਂ ਦਾ ਕੋਈ ਵੀ ਜਿਹੜਾ ਦੀਵਾਨ ਹੈ, ਜੇਕਰ ਤੁਸੀਂ ਉਹਦੇ ਵਿੱਚ ਗਏ ਹੋ ਤਾਂ ਕੀ ਕੁਝ ਤੁਸੀਂ ਸੁਣਿਆ ਔਰ ਉਹ ਕੀ ਕੁਝ ਕਹਿੰਦੇ ਹੋਏ ਨਜ਼ਰ ਆਉਂਦੇ ਹਨ? ਕੀ ਤੁਹਾਨੂੰ ਲੱਗਦਾ ਕਿ ਵਾਕਈ ਹੀ ਸਿੱਖ ਇਤਿਹਾਸ ਦੇ ਬਾਰੇ ਉਹ ਮੰਦਭਾਗੀ ਗੱਲ ਕਰਦੇ ਹਨ? ਤਾਂ ਜੇਕਰ ਅਜਿਹੀ ਕੋਈ ਗੱਲ ਹੈ ਤਾਂ ਤੁਸੀਂ ਵੀ ਕਾਲ ਕਰਕੇ ਆਪਣੇ ਵਿਚਾਰ ਮੇਰੇ ਨਾਲ ਰੱਖ ਸਕਦੇ ਹੋ ਇਸ ਬ੍ਰੇਕ ਤੋਂ ਉਸ ਪਾਰ। ਇੱਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਗੱਲ ਗਿਆਨੀ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਹੋ ਰਹੀ ਹੈ। ਬ੍ਰੇਕ ਤੋਂ ਜਾਣ ਤੋਂ ਪਹਿਲਾਂ ਅਸੀਂ ਗੱਲ ਕੀਤੀ ਸੀਗੀ
कि तुसी भी अपने विचार साडे नाल सांझे कर सकते हो, इस हेठ लिखे नंबर उत्ते कॉल कर सकते हो। दर्शक साडे नाल जुड़े हुए हैं, लेकिन मैं एक विचार इत्थे जरूर रखना चाहुंदा। कोशिश की साड़ी टीम ने कि असी उन्हां दे किसी भी रीप्रजेंटेटिव नूं इस मंच दे उत्ते लैके आईए, लेकिन हजे किसी भी रीप्रजेंटेटिव ने हामी अपनी नहीं भरी। उन्होंने कहा असी कोई भी कमेंट जिहड़ा उह नहीं देना चाहुंदे। शाम नूं बकायदा जब साड़ी टीम ने कोशिश की सीगी उन्होंने संपर्क करन दी, तो उन्होंने कहा सी कि ठीक है असी जरूर अपने कमेंट देवांगे, लेकिन असी चाहुंदे सीगे कि उन्हां दे भी कोई रीप्रजेंटेटिव या फिर जो भी उन्होंने फॉलो करते हैं वो जरूर इस मंच के उत्ते आउण, या फिर तुसी सानू वेख रहे हो तां तुसी कॉल करके अपने विचार रख सकते हो कि आखिरकार जिहड़े विचार इन्हां दे वल्लों सांझे किए जाते हैं दीवान दे विच कि वाकई ही वह ठेस पहुँचाते हैं। जेकर ठेस पहुँचाते हैं तो वह किहड़े अजिहे बयान हैं जिन्हां दे उत्ते निंदा जिहड़ी हैगी है वह वक् वक् जथेबंदियों वालों की जाती है। विच गल जिवें कि मैं तुहानूं दस रहा सीगा, यह भी आई सी कि उन्हां दे उत्ते बकायदा अटैक भी जिहड़ा वह किया गया सीगा पंजाब दे विच, जद वह दीवान तो निकल रहे सीगे तां अपनी टीम दे नाल जदों जा रहे सीगे दूजे दीवान दे विच तां बकायदा जद लंगर उन्होंने वेख्या कि लग्या होया हैगा रोड दे उत्ते तां उन्होंने अपनी गड्डी रोकी ते किसी वल्लों उन्हां दे उत्ते अटैक किया गया, उन्हां दे उत्ते फायर किया गया, लेकिन जिहड़े सिंह अगे बैठे सीगे जो उन्हां दे उत्ते अटैक करन आया सीगा उन्होंने लग्या कि यानी रणजीत सिंह टडरियां लगे बैठे हुए ने, लेकिन किस्मत चंगी सीगी कि वह जिहड़ी फायर है उन्हां नूं ना लग के उन्हां दे इक साथी नूं लग गई। उस तो बाद जिहड़ा केस सीगा काफ़ी जिहड़ा सीगा वह कॉन्ट्रोवर्सी भी रही और कई दे उत्ते इल्ज़ाम ज्ञानी रणजीत सिंह टडरियां वाले ने लाए भी। जिवें कि असीं दस रहे सीगे कि उन्हां दे वख वख दीवान उन्होंने पंजाब दे विच अते भारत दे विच ते वह अपने दीवान ना सिर्फ भारत दे विच बकायदा वह USA दे विच भी UK दे विच भी न्यूजीलैंड ऑस्ट्रेलिया तां वर्ल्ड दे विच वख वख कंट्रियां दे विच लगाउंदे हन, तां उन्हां नूं सुनण दे लई वड्डी गिणती दे विच जिवें असीं वेखदे हां जिहड़े उन्हां दे फॉलोवर्स हन वह पहुँचते हैं। लेकिन सवाल इत्थे वड्डा सिर्फ ज्ञानी रणजीत सिंह टडरियां वाले दा नहीं, सवाल इत्थे वड्डा खड़ा यह हुंदा है कि किनू फॉलो करिए और किनू ना फॉलो करिए, और जो ऑलरेडी जिन्हां दे सेंटीमेंट्स किसी वक् वक् रीज़न कारण अपनी जिहड़ी एक आस्था हैगी उहदे कारण लगे हुए हैं कि वाकई ही अजिहे बयान जद सिख इतिहास नूं लैके गुरु ग्रंथ साहिब जी नूं लैके दित्ते जांदे हन और वह मंदभागी गल अगर कीती जांदी है तो आखिरकार वह गल है की, और जद दुचित्ती कौम दे विच पैदा हुंदी है तो इस दुचित्ती नूं पैदा आखिरकार कर कौन रहा है, यह भी एक वड्डा सवाल बनता। लेकिन इत्थे सवाल यह बनता है कि इन्ने बयान अजिहे ज्ञानी रणजीत सिंह टडरियां वालों दिते गए हैं कि जिदा हुण सीधी ठेस जिहड़ी हैगी है वह रिलीजियस बॉडीज़ नूं पहुँच रही है, जिहदे विच SGPC जिहदे विच DSGMC क्योंकि दिल्ली दे विच उन्हां दा दीवान बकायदा कई बार जिहड़ा वह कैंसल करवाया गया। SGPC लंबे समय तो उन्हां नूं कहंदी हुई नज़र आ रही है कि तुसी सिख इतिहास के बारे लोगों गुमराह कर रहे हो, तुसी सही नहीं दस रहे, तो 20 साल का वह कहें मेरा सफ़र रहा और 20 साल के सफ़र के मैं सिर्फ गुरु ग्रंथ साहिब जी के सामने ही नतमस्तक होया। उन्होंने जब बयान असी कई बार सुने और TV के उत्ते भी बकायदा असी उन्हों का इंटरव्यू लैके आए थे जिद उन्होंने इस गलू आख्या सीगा कि असी विश्वास रखते हैं गुरु साहब की फिलोसफी के उत्ते और उन्होंने ही फॉलो करते हैं। लेकिन काफ़ी सारे कॉलर्स मेरे नाल जुड़े हुए हैं, उन्होंने भी आप राबता कायम कर लेने। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਸਤਿ ਸ਼੍ਰੀ ਅਕਾਲ ਜੀ, ਹਰਕੀਰਤ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੇਰਾ ਤਾਂ ਇੱਕੋ ਸਵਾਲ ਆ ਆਪਣੇ ਹਰਕੀਰਤ ਜੀ ਜੀ, ਜਿਹੜਾ ਇਹ ਟੰਡਰੀਆਂ ਵਾਲੇ ਦਾ ਆ ਕੇ ਕਾਹਤੇ ਨਹੀਂ ਆਪਣੇ ਸਾਬਤ ਕਰਦਾ ਵੀ ਇਹ ਝੂਠੇ ਆ ਜਾਂ ਅਸੀਂ ਸੱਚੇ ਹਾਂ, ਅਤੇ ਕਿਉਂ ਨਹੀਂ ਪੇਸ਼ ਹੁੰਦੇ ਆ ਕੇ ਹੁਣ ਇੱਥੇ TV 'ਤੇ? ਕਈ ਵਾਰ ਸਾਡੀ ਟੀਮ ਨੇ ਕੋਸ਼ਿਸ਼ ਕੀਤੀ ਅਤੇ ਉਹਨਾਂ ਨੇ ਬਕਾਇਦਾ ਜਿਹੜੀ ਵੀਡੀਓ ਅਸੀਂ TV ਦੇ ਉੱਤੇ ਚਲਾਈ ਹੈ ਉਹ ਉਹਨਾਂ ਨੇ ਰਿਕਾਰਡ ਕਰਕੇ ਭੇਜੀ ਹੈ ਕਿ ਇਹ ਸਾਡੇ ਬਿਆਨ ਨੇ, ਲੇਕਿਨ ਜਦ ਅਸੀਂ ਸਵਾਲ ਉਹਨਾਂ ਨੂੰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਆਪਾਂ ਇੱਕ ਵਾਰੀ ਪਹਿਲਾਂ ਲਿਆ ਚੁੱਕੇ ਹਾਂ, ਲੇਕਿਨ ਕੋਸ਼ਿਸ਼ ਸਾਡੀ ਟੀਮ ਦੀ ਹਜੇ ਵੀ
ਹਜੇ ਵੀ ਢੰਡਰੀਆਂ ਵਾਲਾ ਆਪਣੇ ਆਪ ਇਹ ਦੱਸਦਾ ਵੀ ਇਹ ਏਦਾਂ ਆ, ਇਹ ਏਦਾਂ ਆ, ਤੇ ਇਹਨਾਂ ਦਾ ਕੋਈ ਨੁਮਾਇੰਦਾ ਹੈ ਹੀ ਨੀ, ਇੰਨੇ ਫੋਲੋਅਰ ਆ ਤੇ ਹਰੇਕ ਥਾਂ ਆ, ਇੰਨੀ ਕੋਈ ਹਿੰਮਤ ਨੀ ਕਰਦਾ ਆ ਕੇ ਦੱਸੇ ਵੀ ਸਾਡਾ ਕੀ ਕਸੂਰ ਆ, ਜਾਂ ਅਸੀਂ ਇਹ ਗਲਤ ਬੋਲੇ ਕੀ ਬੋਲਿਆ ਸੀ ਇਹ। ਜੀ 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 ਜੀ, ਇਹਨੂੰ ਆਉਣਾ ਚਾਹੀਦਾ, ਪੇਸ਼ ਹੋਣਾ ਚਾਹੀਦਾ ਕਿਸੇ ਨੂੰ ਆ ਕੇ। ਹੁਣ ਉਹਨਾਂ ਦਾ ਗੁਰਦੀਪ ਸਿੰਘ ਆ ਕੇ ਇੱਥੋਂ ਕੈਲੀਫੋਰਨੀਆ ਤੋਂ ਪੇਸ਼ ਹੋ ਗਿਆ, ਦੱਸ ਗਿਆ। ਠੀਕ ਹੈ ਜੀ, ਉਹਦੇ ਆ ਹਾਂਜੀ ਠੀਕ ਹੈ ਜੀ, ਅਸੀਂ ਕੋਸ਼ਿਸ਼ ਕਰਦੇ ਹਾਂ ਉਹਨਾਂ ਦੇ ਕਿਸੇ ਰਿਪ੍ਰੈਜੈਂਟੇਟਿਵ ਨੂੰ ਲੈ ਕੇ। ਮੇਰੇ ਨਾਲ ਹੋਰ ਵੀ ਕਾਲਰਸ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਹਰਕੀਰਤ ਜੀ, ਮੈਂ ਜੀ ਮਨਿੰਦਰ ਸਿੰਘ ਬੋਲਦਾ, ਮਿਡਲ ਟਾਊਨ ਨਿਊਯਾਰਕ ਤੋਂ। ਹਾਂਜੀ ਮਨਿੰਦਰ ਸਿੰਘ ਜੀ, ਕੀ ਹਾਲ ਹੈ, ਠੀਕ ਹੋ? ਹਾਂਜੀ ਠੀਕ ਠਾਕ। ਮੈਂ ਹਜੇ ਹੁਣੇ ਆ ਕੇ ਚੋਣ ਕੀਤਾ ਸੀ, ਢੱਡਰੀਆਂ ਵਾਲੇ ਸਾਹਿਬ ਦੇ ਚੱਲ ਰਹੇ ਆ ਸੀ ਪ੍ਰੋਗਰਾਮ। ਜੀ 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 ਜੀ, ਮੈਂ ਤੁਹਾਨੂੰ ਕਹਾਂ ਕਿ ਅੱਜ ਤੋਂ ਕੋਈ 4-5 ਸਾਲ ਪਹਿਲਾਂ ਮੈਂ ਡੈਡ ਗਿਆ ਸੀ ਢੱਡਰੀਆਂ ਵਾਲੇ ਦੇ। ਜੀ ਜੀ, ਤੇ ਮਤਲਬ ਉਦੋਂ ਕੁਛ ਹੋਰ ਸੀ, ਹੁਣ ਦੀ ਜਿਹੜੀ ਗੱਲ ਹੈ ਢੱਡਰੀਆਂ ਵਾਲੇ ਦੀ, ਉਹ ਕਾਫੀ ਚੇਂਜ ਹੋ ਚੁੱਕਾ ਹੈ। ਠੀਕ ਹੈ ਜੀ, ਬਾਕੀ ਰਹੀ ਗੱਲ ਗੁਰਬਾਣੀ ਦੀ, ਬਾਕੀ ਰਹੀ ਗੱਲ ਗੁਰਬਾਣੀ ਦੀ, ਉਹ ਮਤਲਬ ਹਰ ਗੱਲ ਜਿਹੜੇ ਨੇ ਕੁਛ ਪ੍ਰੂਫ ਦਿੰਦਾ ਬਾਣੀ ਦਾ, ਮਤਲਬ ਕਿ ਉਹਦੇ ਵਿੱਚ ਉਹ ਐਗਜ਼ਾਮਪਲ ਦਿੰਦਾ। ਹੁਣ ਜਿਹੜੀ ਗੱਲ ਕਹਿੰਦੇ ਵੀ ਅਸੀਂ ਕੋਈ ਨਾ ਖਿਲਾਫ ਇਤਿਹਾਸ ਦੇ ਖਿਲਾਫ ਗੱਲ ਕਰਦਾ, ਉਹ ਬਿਲਕੁਲ ਗਲਤ ਗੱਲ ਹੈ। ਇਹੋ ਜਿਹਾ ਕੁਛ ਨੀ ਕਰਦਾ ਉਹ ਤੱਥਾਂ ਦੇ ਆਧਾਰ ਦੇ ਉੱਤੇ, ਬਾਣੀ ਦੇ ਤੱਥਾਂ ਦੇ ਆਧਾਰ ਦੇ ਉੱਤੇ ਗੱਲ ਕਰਦਾ, ਔਰ ਬੜੀ ਸਿਆਣੀ ਗੱਲ ਕਰਦਾ। ਉਹੋ ਜਿਹੇ ਸਾਨੂੰ ਚਾਹੀਦੀਆਂ। ਬਾਕੀ ਜਿਹੜਾ ਇਤਿਹਾਸ ਸਾਡਾ ਜਿਹੜਾ ਉਰਤ ਪੁਰਤ ਕੀਤਾ ਹੋਇਆ ਨਾ ਇਹਨਾਂ ਨੇ, ਪਹਿਲਾਂ ਪੰਡਤਾਂ ਨੇ ਜਿਹੜਾ ਕੀਤਾ ਹੋਇਆ, ਜਾਂ ਇਹਨਾਂ ਨੇ ਬੜੇ ਜਿਹੜੇ ਕਿ ਐਂਟੀ ਸਿੱਖ ਨੇ ਹੈਗੇ ਨੇ ਜਿਹੜੇ ਬੰਦੇ, ਬ੍ਰਹਮਵਾਦ ਨੇ, ਇਹ ਇਹੋ ਚੀਜ਼ਾਂ ਤੋਂ, ਇਹ ਜਿੰਨਾ ਡੇਰਾਵਾਦ ਹੈ ਸਾਰਾ ਬ੍ਰਾਹਮਣਵਾਦ ਹੈ, ਚਾਹੇ ਉਹ ਟਕਸਾਲੀ ਹੋਣ ਤੇ ਭਾਵੇਂ ਉਹ ਆਪਣਾ ਭੇਵੇ ਵਾਲਾ ਹੋਏ, ਭਾਵੇਂ ਨਾਨਕਸਰੀ ਹੋਣ, ਤੇ ਇਹ ਉਹ ਬੰਡਲਬਾਜੀ ਮਾਰਦੇ ਨੇ। ਸਾਡਾ ਜਿਹੜੀ ਬਾਣੀ ਹੈ ਨਾ, ਸਾਡਾ ਜਿਹੜੇ ਸਿੱਖੀ ਹੈ, ਇਹ ਇਹ ਕੋਈ ਕਰਮ ਆਤਾਂ ਵਾਲਾ ਕੰਮ ਨਹੀਂ ਹੈਗਾ। ਗੁਰੂ ਨਾਨਕ ਨੇ ਜਿੱਥੇ ਅੰਦਰ ਲੁੱਕ ਕੇ ਭਗਤੀ ਕਰਨੀ, ਮਤਲਬ ਮਨਾ ਕੀਤੀ ਹੈ ਬਾਣੀ ਵਿੱਚ, ਉੱਥੇ ਕਹਿੰਦੇ ਪਏ ਵੀ ਨਵੇਂ ਪਾਤਸ਼ਾਹ ਜਾਂ ਮਤਲਬ ਵੀ ਟਕਸਾਲ ਵਾਲੇ ਕਹਿੰਦੇ ਨੇ ਕਿ ਨਵੇਂ ਪਾਤਸ਼ਾਹ ਨੇ ਉੱਥੇ ਭੋਰੇ ਵਿੱਚ ਬਹਿ ਕੇ 13 ਸਾਲ 13 ਮਹੀਨੇ ਕੁਛ ਏਦਾਂ ਦਾ ਟਾਈਮ ਦੱਸਦੇ ਭੋਰੇ 'ਚ। ਇਹਦਾ ਮਤਲਬ ਦੋ ਚੀਜ਼ਾਂ ਉਲਟ ਹੋ ਗਈਆਂ। ਉੱਥੇ ਕੋਈ ਇਹੋ ਜਿਹਾ ਸਿੱਖਾਂ 'ਚ ਕੋਈ ਨਹੀਂ ਹੈਗਾ, ਭੋਰੇ ਵਿੱਚ ਕੋਈ ਭੋਰਾ ਸ਼ੋਰਾ ਨਹੀਂ ਹੈਗਾ, ਕੁਛ ਨਹੀਂ ਹੈਗਾ। ਇਹ ਸਭ ਲੋਕਾਂ ਨੇ, ਉਹ ਢੱਡੀਆਂ ਵਾਲੇ ਨੇ ਇਸ ਚੀਜ਼ ਦਾ ਕੀਤਾ ਹੈ, ਇਹ ਦੱਸਿਆ ਲੋਕਾਂ ਨੂੰ, ਤੇ ਉਹ ਇਹਦੇ ਪਿੱਛੇ ਪਏ ਹੋਏ ਨੇ ਵੀ ਇਹ ਤਾਂ ਉਲਟਾ ਬੋਲਦਾ ਪਿਆ ਜੀ। ਠੀਕ ਹੈ ਜੀ, ਮਿਹਰਬਾਨੀ ਤੁਹਾਡੀ, ਤੁਸੀਂ ਆਪਣੇ ਵਿਚਾਰ ਸਾਡੇ ਨਾਲ ਰੱਖੇ। ਮੇਰੇ ਨਾਲ ਹੋਰ ਵੀ ਕਾਲਰਸ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਹੈਲੋ, ਸਤਿ ਸ਼੍ਰੀ ਅਕਾਲ, ਕੈਲੀਫੋਰਨੀਆ ਤੋਂ ਬੋਲ ਰਹੇ ਹਾਂ ਜੀ ਅਸੀਂ। ਜੀ ਸਤਿ ਸ਼੍ਰੀ ਅਕਾਲ ਜੀ, ਕੀ ਵਿਚਾਰ ਰੱਖਣਾ ਚਾਹੋਗੇ? ਮੈਂ ਵਿਚਾਰ ਰੱਖਣਾ ਚਾਹੁੰਦੀ ਹਾਂ, ਭਾਈ ਰਣਜੀਤ ਸਿੰਘ ਬਿਲਕੁਲ ਸਹੀ ਹੈਗੇ ਨੇ, ਬਿਲਕੁਲ ਸਹੀ ਹੈਗੇ ਨੇ, ਬਿਲਕੁਲ ਸਹੀ ਹੈਗੇ ਨੇ। ਕੂੜ ਪ੍ਰਚਾਰ ਇਹ ਕਰ ਰਹੇ ਨੇ, ਦੇਖੋ ਕੀ ਇਹ ਕਰ ਰਹੇ ਨੇ ਇਹ ਲੋਕ। ਅਜਨਾਲਾ ਦੇਖ ਲਓ ਤੁਸੀਂ, ਅਜਨਾਲੇ ਸਾਹਿਬ ਕੀ ਕਹਿਣਾ, ਅਜਨਾਲਾ ਹੀ ਕਹਿਣਾ ਸੀ ਪਹਿਲੇ ਸਰਬੱਤ ਖਾਲਸਾ, ਤੇ ਉੱਥੇ ਗੱਲ ਚ ਸਰੋਪੇ ਪਾਉਂਦਾ ਫਿਰਦਾ ਸਰਬੱਤ ਖਾਲਸਾ ਦੇ ਵਿੱਚ ਹੀ, ਚਾਰ ਬੰਦੇ ਲੈ ਕੇ ਕਦੀ ਉੱਧਰ ਤੁਰਿਆ ਫਿਰਦਾ, ਕਦੀ ਉੱਧਰ ਲੈ ਕੇ ਵੀ ਉਹਨਾਂ ਨੂੰ ਜਾਣਦੇ, ਜਿਹੜੇ ਮਹੀਨਾ ਮਹੀਨਾ ਕੁਆਂਟਲ ਕੁਆਂਟਲ ਇਹਨਾਂ ਦੇ ਮੈਲ ਚੜੀ ਹੋਈ, ਜਿਹੜੇ ਮਹੀਨਾ ਮਹੀਨਾ ਨਹਾਉਂਦੇ ਨੀ ਹੈਗੇ, ਇਹ ਕਿੱਦੋਂ ਨਿਹੰਗ ਬਣੇ ਹੋਏ ਆ, ਭੰਗ ਖਾ ਖਾ ਕੇ ਬੱਕਰੇ ਲੋਕਾਂ ਦੇ, ਚੋਰੀ ਘਰਾਂ ਚ ਕਰ ਕਰਕੇ ਲੋਕੀ ਇਹ, ਤੇ ਅੱਜ ਰਣਜੀਤ ਸਿੰਘ ਦੇ ਉੱਤੇ ਉਂਗਲਾਂ ਉਠਾ ਰਹੇ ਨੇ। 8 ਸਾਲ ਦੀ ਉਮਰ 9 ਸਾਲ ਦੀ ਉਮਰ ਦੇ ਵਿੱਚ ਜਦੋਂ ਗੁਰੂ ਮਹਾਰਾਜ ਦੇ ਲੜ ਲੱਗੇ ਸੀਗੇ ਆ, ਅੱਜ ਉਹ ਆਪਣੀ ਰੋਟੀ ਕਮਾ ਕੇ ਖਾ ਰਹੇ ਆ, ਪ੍ਰਚਾਰ ਕਰ ਲਿਆ, ਸੰਗਤ ਉਹਨਾਂ ਨੂੰ ਲਾਈਕ ਕਰਦੀ ਹੈ। ਹੈ ਭਾਈ ਸੰਤ ਸਰੂਪ ਸਿੰਘ ਹੋ ਗਏ, ਭਾਈ ਰਣਜੀਤ ਸਿੰਘ ਹੋ ਗਏ, ਇਹਨਾਂ ਨੇ ਪਿੰਡਾਂ ਇਹੋ ਜਿਹੇ ਪਿੰਡ ਗਰੀਬੀ ਜਿਹਨਾਂ ਦੇ ਗੁਰਦੁਆਰਿਆਂ ਦੇ ਗੁਰਦੁਆਰੇ ਨਹੀਂ ਸੀ ਅੰਦਰ ਠੀਕ ਹੈਗੇ, ਮਿੱਟੀ ਸੀਗੀ ਗੋਡਾ ਗੋਡਾ ਗੁਰਦੁਆਰਿਆਂ ਦੇ ਵਿੱਚ, ਉਹ ਗੁਰਦੁਆਰੇ ਬਣਾਏ ਲੋਕੀ ਕਹਿਣ 'ਚ ਇਹਨਾਂ ਨੇ ਕਬਜ਼ਾ ਕਰਨਾ, ਕੋਈ ਕਬਜ਼ਾ ਨਹੀਂ ਉਹਨਾਂ ਨੇ ਕੀਤਾ, ਸਾਡੇ ਪਿੰਡ ਖੁਦ ਉਹਨਾਂ ਨੇ ਗੁਰਦੁਆਰੇ ਬਣਾਏ ਹੋਏ ਨੇ, ਹੈਂ ਕੋਈ ਕਬਜ਼ਾ ਨਹੀਂ ਕੀਤਾ ਇਹਨਾਂ ਇਹਨਾਂ ਨੇ, ਇੰਨਾ ਗੰਦ ਇਹਨਾਂ ਨੇ ਇਹਨਾਂ ਲੋਕਾਂ ਨੇ ਪਾਇਆ ਹੋਇਆ ਨਾ, ਨਿਹੰਗ ਬਾਅਦ ਜਿਹੜੇ ਮੁਸ਼ਕ ਮਾਰਦੇ ਆ, ਕੁਆਂਟਲ ਕੁਆਂਟਲ ਮੁਸ਼ਕ ਆਉਂਦੀ ਇਹਨਾਂ ਦੇ ਕੋਲੋਂ, ਕਦੀ ਜਾ ਕੇ ਅੰਮ੍ਰਿਤਸਰ ਜਾ ਕੇ ਖੁੰਡੇ ਜਿਹਾ ਫੜ ਕੇ ਬਹਿ ਜਾਂਦੇ ਆ, ਉੱਥੇ ਜਾ ਕੇ ਸੱਭਿਆਚਾਰ ਦੇ ਸਾਡੇ ਬੁੱਤ ਢਾਉਣ ਲੱਗ ਜਾਂਦੇ, ਕਦੀ ਇਹ ਕੁਛ ਕਰਦੇ, ਇਹ ਵਿਹਲੇ ਲੋਕੀ, ਇਹਨਾਂ ਨੂੰ ਕੰਮ ਕੋਈ ਨੀ ਹੈਗਾ ਇਹਨਾਂ ਲੋਕਾਂ ਨੂੰ। ਜੀ ਜੀ ਜੀ, ਹੈ ਵੈਸੇ ਵੈਸੇ ਹੀ ਉਹਨੂੰ ਟਾਰਗੇਟ ਕਰ ਰਹੇ ਆ ਖਾਲਸਾ ਨੂੰ, ਹੋਰ ਕੁਛ ਨੀ ਕਰ ਰਹੇ, ਰਣਜੀਤ ਸਿੰਘ ਨੂੰ ਟਾਰਗੇਟ ਕਰ ਰਹੇ। ਠੀਕ ਹੈ ਜੀ, ਮਿਹਰਬਾਨੀ ਮਿਹਰਬਾਨੀ ਭੈਣ ਜੀ, ਮੈਂ ਤੁਹਾਡੇ ਜਜ਼ਬਾਤਾਂ ਦੀ ਕਦਰ ਕਰਦਾ, ਮੇਰੇ ਨਾਲ ਹੋਰ ਵੀ ਕਾਲਰਸ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ ਹੋ? ਹੈਲੋ ਹੈਲੋ ਹੈਲੋ, ਹਾਂਜੀ ਹਾਂਜੀ ਭਾਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਪਣੀ ਗੱਲ ਰੱਖ ਸਕਦੇ ਹੋ।
ਹਾਂ ਜੀ ਸਤਿ ਸ੍ਰੀ ਅਕਾਲ ਜੀ 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 ਹਾਂ ਜੀ ਮੈਂ ਇਹ ਕਹਿਣਾ ਚਾਹਾਂਗਾ ਵੀ ਢੱਡਰੀਆਂ ਵਾਲੇ ਜਿਹੜੇ ਆ ਇਸ ਵੇਲੇ ਜੋ ਵੀ ਉਹ ਕਰ ਰਹੇ ਬਹੁਤ ਚੰਗਾ ਕਰ ਰਹੇ ਔਰ ਬਹੁਤ ਵਧੀਆ ਬੋਲ ਰਹੇ ਨੇ ਜੀ ਕਿਉਂਕਿ ਜੋ ਵੀ ਉਹਨਾਂ ਨੇ ਕਿਹਾ ਵੀ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਵੇ ਉਹ ਅਵਿਨਾਸ਼ੀ ਜੋ ਆਵੇ ਜੀ ਕਿਉਂਕਿ ਜੋ ਵੀ ਹਰ ਇੱਕ ਚ ਪਰਮਾਤਮਾ ਵਸਦਾ ਉਹ ਬਾਬੇ ਜਿਹੜੇ ਅੱਜ ਕੱਲ ਡੇਰੇ ਆ ਇਹ ਚਾਹੁੰਦੇ ਆ ਵੀ ਇਹ ਗੱਲ ਸੱਚੀਆਂ ਗੱਲਾਂ ਨਾ ਆਣ ਤੇ ਸਾਡੇ ਡੇਰੇ ਬੰਦ ਹੋ ਜਾਣੇ ਆ ਜੀ ਜੀ ਬਸ ਮੈਂ ਇੰਨਾ ਕਹਿਣਾ ਚਾਹਾਂਗਾ ਕਿ ਇਹ ਡੇਰਿਆਂ ਦੇ ਵਿਰੁੱਧ ਜਾ ਰਹੇ ਨੇ ਤੇ ਡੇਰਿਆਂ ਵਾਲੇ ਵੀ ਜਿਹੜੇ ਇਹਨਾਂ ਦੇ ਪਿੱਛੇ ਪਏ ਨੇ ਜਾਂ ਬਾਦਲ ਗਰੁੱਪ ਇਹਨਾਂ ਦੇ ਪਿੱਛੇ ਪਿਆ ਵੀ ਸੱਚੀ ਬਾਣੀ ਜਾਂ ਸੱਚੀਆਂ ਗੱਲਾਂ ਕਿਉਂ ਇਹ ਸਾਹਮਣੇ ਲਿਆ ਰਹੇ ਨੇ ਸੰਗਤ ਦੇ ਜੀ 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 ਹਾਂ ਜੀ ਬਸ ਇੰਨਾ ਹੀ ਮੈਂ ਕਹਿਣਾ ਚਾਹੁੰਦਾ ਵਾ ਵੀ ਢੱਡਰੀਆਂ ਵਾਲੇ ਜਿਹੜੇ ਜੋ ਵੀ ਅੱਜ ਕੱਲ ਗੱਲ ਕਰ ਰਹੇ ਨੇ ਪਹਿਲਾਂ ਕਰਦੇ ਸੀਗੇ ਗੱਲਾਂ ਦੂਸਰੀਆਂ ਪਰ ਜੋ ਵੀ ਉਹ ਸੱਚਾਈ ਸਾਹਮਣੇ ਲਿਆ ਰਹੇ ਨੇ ਉਹ ਸਿੱਖ ਸੰਗਤ ਲਈ ਬਹੁਤ ਹੀ ਜ਼ਰੂਰੀ ਨੇ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਫੀ ਸਾਰੇ ਕਾਲਰਸ ਹੋਰ ਵੀ ਨੇ ਲੇਕਿਨ ਮੈਂ ਉਹਨਾਂ ਦੀ ਕਾਲਸ ਨਹੀਂ ਚੱਕ ਸਕਦਾ ਕਿਉਂਕਿ ਮੈਨੂੰ ਸਮਾਂ ਇੱਥੇ ਇਜਾਜ਼ਤ ਨਹੀਂ ਦੇ ਰਿਹਾ ਲੇਕਿਨ ਤੁਹਾਨੂੰ ਇਸ ਵਿਸ਼ੇ ਦੇ ਉੱਤੇ ਆਪਣੇ ਪ੍ਰਤੀਕਰਮ ਮੇਰੇ ਨਾਲ ਸਾਂਝੇ ਕਰਨੇ ਹਨ ਈਮੇਲ ਰਾਹੀਂ ਤਾਂ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ info@justbroadcasting.com harkirat@justbroadcasting.com ਦੇ ਉੱਤੇ ਅਤੇ ਜਿਵੇਂ ਕਿ ਸਾਨੂੰ ਸਾਡੇ ਦਰਸ਼ਕਾਂ ਨੇ ਦੱਸਿਆ ਕਿ ਡੇਰਾਵਾਦ ਦੇ ਖਿਲਾਫ ਉਹਨਾਂ ਦੀ ਲੜਾਈ ਹੈਗੀ ਹੈ ਇਸ ਕਰਕੇ ਹੀ ਜਿਹੜੇ ਹੋਰ ਜਥੇਬੰਦੀਆਂ ਹਨ ਉਹਨਾਂ ਨੂੰ ਇਤਰਾਜ਼ ਨਜ਼ਰ ਆਉਂਦਾ ਜਦ ਗਿਆਨੀ ਰਣਜੀਤ ਸਿੰਘ ਢੱਡਰੀਆਂ ਵਾਲੇ ਕੀਰਤਨ ਦਰਬਾਰ ਕਰਦੇ ਹਨ ਦੀਵਾਨ ਸਜਾਉਂਦੇ ਹਨ ਇਸ ਮੁੱਦੇ ਦੇ ਉੱਤੇ ਅਸੀਂ ਹੋਰ ਵੀ ਤੁਹਾਨੂੰ ਵੱਖ ਵੱਖ ਅਪਡੇਟ ਦਿੰਦੇ ਰਹਾਂਗੇ ਫਿਲਹਾਲ ਅੱਜ ਦੇ ਇਸ ਮੰਚ ਦੇ ਵਿੱਚ ਇੰਨਾ ਹੀ ਮੈਨੂੰ ਹਰਕੀਰਤ ਸਿੰਘ ਆਲੂਵਾੜੀਆ ਅਤੇ ਮੇਰੀ ਪੂਰੀ ਟੀਮ ਨੂੰ ਦਵੋ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ